ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੋਂ ਕਰਪਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਦਾ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਸ਼ੁਕਰੀਆ ਪ੍ਰੋਫੈਸਰ ਸਭ ਤੋਂ ਪਹਿਲਾਂ ਵੱਡੀ ਖਬਰ ਹੈ ਕਿ ਜਥੇਦਾਰ ਸਾਹਿਬ ਨੇ ਲਾਇਸੈਂਸੀ ਹਥਿਆਰ ਤੇ ਗਤਕਾ ਬਾਜ਼ੀ تیر ਅੰਦਾਜ਼ੀ ਛਰਪਾਣ ਚਲਾਉਣਾ ਜੋ ਕੁਝ ਸਿੱਖ ਧਰਮ ਚ ਹੈ ਗੱਤਕਾ ਖੇਡਣਾ ਉਹਦਾ ਸੁਨੇਹਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਪਾਤਸ਼ਾਹ ਦੇ ਗੁਰਪੁਰਬ ਤੇ ਤੇ ਪਰ ਉਹਨੂੰ ਲੈ ਕੇ ਕਾਫੀ ਰੌਲਾ ਪੈ ਗਿਆ ਵਿਰੋਧੀ ਧਿਰਾਂ ਨੇ ਤਾਂ ਚੱਕ ਲਿਆ ਕਿ ਇਹ ਮਸਲਾ ਜੱਤੇਦਾਰ ਸਾਹਿਬ ਨੇ ਕਿਉਂ ਕਹਿਤਾ ਸਵਾਲ ਜਿਹੜੇ ਨੇ ਉਹ ਜਦੋਂ ਚੁੱਕਦੇ ਨੇ ਸਾਰੇ ਤਾਂ ਆਮ ਲੋਕ ਵੀ ਵਿੱਚੋਂ ਸਵਾਲ ਚੁੱਕਣ ਲੱਗ ਗਏ ਮੈਂ ਪੜ ਰਹੀ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਵੀ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜੱਤੇਦਾਰ ਸਾਹਿਬ ਹਥਿਆਰ ਕਿਉਂ ਰੱਖਣ ਲਈ ਕਹਿ ਰਹੇ ਨੇ ਉਹ ਪਹਿਲਾਂ ਇਹ ਦੱਸਣ ਕਿ ਉਹਨਾਂ ਦੇ ਨਾਲ ਜਿਹੜੇ ਸਿਕਿਉਰਟੀ ਦੇ ਵਿੱਚ ਬੰਦੇ ਨੇ ਜਦੋਂ ਸੈਰ ਕਰਨ ਨਿਕਲਦੇ ਉਦੋਂ ਵੀ ਉਹਨਾਂ ਦੇ ਨਾਲ ਸਿਕਿਉਰਟੀ ਨਾਲ-ਨਾਲ ਤੁਰੇ ਫਿਰਦੀ ਆ ਹਥਿਆਰ ਉਹਨਾਂ ਦੇ ਹੱਥਾਂ 'ਚ ਹੁੰਦੇ ਨੇ ਵੀ ਉਹ ਕੀ ਆ ਇਹ ਇਸ ਤਰ੍ਹਾਂ ਦੇ ਸਵਾਲ ਜਾਂ ਹੋਰ ਵੀ ਬੜੇ ਸਵਾਲ ਉੱਠਦੇ ਨੇ ਕਿ ਆਖਰਕਾਰ ਅੱਜ ਲੋੜ ਕੀ ਪੈ ਗਈ ਇਹੋ ਜਿਹਾ ਵਿਆੜ ਦੇਣ ਦੀ ਜਦੋਂ ਜੂਨ 84 ਵਾਲਾ ਜਿਹੜਾ ਉਹ ਦਿਨ ਆ ਰਹੇ ਨੇ ਸਾਹਮਣੇ ਤਾਂ ਆਖਰਕਾਰ ਜਥੇਦਾਰ ਸਾਹਿਬ ਨੇ ਕਿਹੜੇ ਖਤਰੇ ਨੂੰ ਮਹਿਸੂਸ ਕੀਤਾ ਕੀ ਕੋਈ ਹਿੰਦੂਵਾਦੀ ਖਤਰਾ ਹੈ ਜਿਹੜਾ ਘੱਟ ਗਿਣਤੀਆਂ ਦੇ ਉੱਤੇ ਹਮਲੇ ਹੋ ਰਹੇ ਨੇ ਉਹਦਾ ਖਤਰਾ ਹੈ ਜਾਂ ਕੀ ਮਹਿਸੂਸ ਕਰਦੇ ਨੇ ਦੇਖੋ ਇਹ ਸਭ ਤੋਂ ਅਹਿਮ ਤੇ ਸਭ ਤੋਂ ਸਮਝ ਲਓ ਚਿੰਤਾਜਨਕ ਬਿਆਨ ਵੀ ਹੈਗਾ ਚਿੰਤਾ ਕਰਨ ਚਿੰਤਨ ਕਰਨ ਵਾਲਾ ਤੇ ਚਿੰਤਾਜਨਕ ਵੀ ਬਿਆਨ ਹੈਗਾ ਮੈਂ ਇਹਦੇ ਤੇ ਬਹੁਤ ਸੋਚਿਆ ਉਹਨਾਂ ਦੇ ਇਕੱਲੇ ਇਕੱਲੇ ਲਫ਼ਜ਼ ਨੂੰ ਧਿਆਨ ਨਾਲ ਸੁਣਿਆ ਉਹਦੇ ਜਵਾਬ ਦੇ ਵਿੱਚ ਜਿਹੜੇ ਹਿੰਦੂ ਕੱਟੜਪੰਥੀ ਜਿਹਨਾਂ ਜਿਨ੍ਹਾਂ ਨੂੰ ਇਹੋ ਜਿਹੇ ਬਿਆਨ ਦੁੱਧ ਘਿਓ ਦੀਆਂ ਨਾਲਾਂ ਵਾਂਗੂ ਲੱਗਦੇ ਐ ਉਹਨਾਂ ਨੇ ਫੱਟ ਦੇਣੀ ਚੱਕ ਲਿਆ ਜਾਨੀ ਉਹਨਾਂ ਦੇ ਦੀਵੇ 'ਚ ਇਹ ਸਿੱਧਾ ਹੀ ਸਿੱਧਾ ਘਿਓ ਪੈ ਗਿਆ ਤੇ ਉਹ ਦੀਵਾ ਐਨ ਚਮਕ ਗਿਆ ਜਿਹੜੇ Hindu कट्टरपंथी ਹੈਗੇ ਆ ਮੈਂ ਆਮ Hindu ਦੀ ਨਹੀਂ ਗੱਲ ਕਰਤਾ ਮੈਂ ਜਿਹੜੇ ਉਹਨਾਂ 'ਚ ਕੁਝ ਇਹੋ ਜਿਹੇ ਲੱਭਦੇ ਰਹਿੰਦੇ ਐ ਕਿ ਕੋਈ ਮੌਕਾ ਲੱਭੇ ਤੇ ਫਿਰ ਉਹ ਪੜਕਾਹਟ ਪੈਦਾ ਹੋਵੇ ਆਪਸੀ ਫਿਰਕਿਆਂ ਦੀ ਜੀ ਵਾਲੇ ਹੈ ਕਿ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਬਿਆਨ ਦੇ ਪਿੱਛੇ ਕੀ ਹੈ ਤੁਸੀਂ ਇਸ ਨੂੰ ਪੂਰੇ ਮਾਹੌਲ ਦੇ ਵਿੱਚ ਫਿੱਟ ਕਰਕੇ ਦੇਖੋ ਪਹਿਲੀ ਗੱਲ ਮੈਂ ਇੱਥੇ ਮਾਫੀ ਮੰਗ ਲਵਾਂ ਸ਼ੁਰੂਤੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਹੁਤ ਪ੍ਰਮਾਨਿਤ ਹੈ ਸਨਮਾਨਿਤ ਹੈ ਅਸੀਂ ਬਹੁਤ ਉਹਨਾਂ ਦਾ ਆਦਰ ਸਨਮਾਨ ਕਰਦੇ ਹਾਂ ਉਹਨਾਂ ਦੇ ਕਈਆਂ ਹੋਈਆਂ ਗੱਲਾਂ ਨੂੰ ਇੱਕ ਕਿਸਮ ਦਾ ਹੁਕਮਨਾਮਾ ਵਾਂਗੂੰ ਲੈਂਦੇ ਹਾਂ ਪਰ ਫਿਰ ਨਾਲ ਹੀ ਜਿੱਥੇ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਇੱਕ ਆਰਡੀਨਰੀ ਇੱਕ ਆਮ ਛੇਰੀ ਵਜੋਂ ਇੱਕ ਆਮ ਪੰਜਾਬੀ ਵਜੋਂ ਉਹ ਸਾਡੇ ਮਨ ਚ ਜੇ ਕੋਈ ਗੱਲ ਆਉਂਦੀ ਹੈ ਤੇ ਉਹ ਖੁੱਲ ਕੇ ਗੱਲ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਥੇਦਾਰ ਸਾਹਿਬ ਨੇ ਕੀਤੀ ਸਾਨੂੰ ਵੀ ਅੱਗੇ ਨੂੰ ਕਰਨੀ ਚਾਹੀਦੀ ਹੈ। ਗੱਲ ਨੂੰ ਕੋਈ ਵਿਗਾੜ ਪੈ ਜਾਏ, ਕੱਲ ਨੂੰ ਕੋਈ ਪੜਗਾਟ ਹੋ ਜਾਏ, ਕੱਲ ਨੂੰ ਕੋਈ ਢਾਂਚਾ ਹਿੱਲ ਜਾਏ ਸਾਡਾ ਸਮਾਜਿਕ ਸ਼ਾਂਤੀ ਹਿੱਲ ਜਾਏ ਉਦੋਂ ਫਿਰ ਗੱਲ ਕਰਨ ਦਾ ਕੀ ਫਾਇਦਾ ਉਦੋਂ ਤੇ ਹਿੱਲ ਗਈ ਕੱਲ ਉਦੋਂ ਕਰੋ ਜਦੋਂ ਗੱਲ ਕਰਨ ਦਾ ਵੇਲਾ ਅ ਕੀ ਅੱਜ ਸਿੱਖੀ ਨੂੰ ਕੋਈ ਖਤਰਾ ਪੈਦਾ ਹੋ ਗਿਆ ਪਹਿਲੀ ਗੱਲ ਆਪਾਂ ਜੇ ਕੋਈ ਮੁਸਲਮਾਨ ਇਹ ਕੋਈ ਬਿਆਨ ਦਿੰਦਾ ਹੁੰਦਾ ਤੇ ਸਾਨੂੰ ਸਮਝ ਪੈਂਦੀ ਸੀ ਕਿ ਉਹਨਾਂ ਨੇ ਇਸ ਕਿਸਮ ਦੀ ਕਾਲ ਦਿੱਤੀ ਆ ਉਹ ਇਸ ਕਰਕੇ ਕਿ ਬਾਬਰੀ ਮਸਜਿਦ ਤੋਂ ਬਾਅਦ ਹੁਣ ਇੱਕ ਗਿਆਨਵਾਪੀ ਮਸਜਿਦ ਦਾ ਮਾਮਲਾ ਉੱਠ ਗਿਆ ਫਿਰ ਕਹਿੰਦੇ ਆ ਮਥਰਾ ਵਿੱਚ ਵੀ ਅਸੀਂ ਕੁਝ ਫਿਰ ਪਤਾ ਨਹੀਂ ਕਿੱਥੇ ਕਿੱਥੇ ਫਿਰ ਵਿਸ਼ਨੂ ਸਤੰਭ ਬਣ ਗਿਆ ਜਿਹੜੀ ਆਪਣੀ ਕੁੱਤ ਮਨਾ ਰਿਹਾ ਹੈ ਨਾ ਕੋਈ ਤਾਜਮਾਲ ਦੀ ਗੱਲ ਚੱਲ ਰਹੀ ਆ ਫਿਰ ਪਤਾ ਨਹੀਂ ਲਾਲ ਕਿਲੇ ਦੀਆਂ ਵੀ ਇੱਟਾਂ ਗੈਣੀ ਟਾਟੂ ਕੇ ਪਤਾ ਨਹੀਂ ਉਹਦੇ ਮੰਦਰ ਬਣਾ ਲੈਣ ਕੁਛ ਨਾ ਕੁਛ ਕਾਰਨ ਇਧਰ ਨੂੰ ਗੱਲਾਂ ਚੱਲ ਰਹੀਆਂ ਜੇ ਕੋਈ ਉਹਦੇ ਰਿਐਕਸ਼ਨ ਦੇ ਵਿੱਚ ਕੋਈ ਉਨਾਂ ਜੋ ਕਟੜਪੰਥੀ ਕਹਿ ਲੋ ਜਾਂ ਵੈਸੇ ਹੀ ਆਪਣੇ ਆਪ ਚ ਬੇਵਸੀ ਚ ਮਹਿਸੂਸ ਕਰਦੇ ਹੋਏ ਗੈਰ ਮਹਿਫੂਜ਼ ਮਹਿਸੂਸ ਕਰਦੇ ਹੋਏ ਕਿ ਅਸੀਂ ਹੁਣ ਅਸੁਰੱਖਿਤ ਹੈ ਗਏ ਆ ਭਾਈ ਹੁਣ ਤੇ ਕੋਈ ਬਚਾਅ ਦਾ ਤਰੀਕਾ ਆਪਣਾ ਡਿਫੈਂਸ ਆਪ ਕਰ ਲੋ ਸਾਡੀ ਪੁਲਿਸ ਮਦਦ ਨਹੀਂ ਕਰ ਰਹੀ ਸਾਨੂੰ ਪੁਲਿਸ ਤੇ ਭਰੋਸਾ ਨਹੀਂ ਸਾਨੂੰ ਇਸ ਸਰਕਾਰ ਤੇ ਭਰੋਸਾ ਘਟਦਾ ਜਾ ਰਿਹਾ ਸਾਡੇ ਕੋਲ ਜਾਨੀ ਅਲਟੀਮੇਟਲੀ ਜਿਹੜੀ ਐਪੈਕਸ ਕੋਰਟ ਆ ਜਿਹਦੇ ਵਿੱਚ ਗਗੋਈ ਸਾਹਿਬ ਨੇ ਜਿਸ ਤਰੀਕੇ ਨਾਲ ਉਹ ਬਿਆਨ ਥਾਰਾ ਲਿਖ ਕੇ ਗਏ ਸੀਗੇ ਜੁਧਿਆਦੇ ਰਾਮ ਮੰਦਰ ਬਾਰੇ ਉਹਦੇ ਤੋਂ ਵੀ ਇਹ ਕੁੱਲ ਮਿਲਾ ਕੇ ਜੇ ਕੋਈ ਉਹ ਗੱਲ ਕਰਦੇ ਆ ਤੇ ਸਮਝ ਪੈਂਦੀ ਆ ਸੁਖਵਿੰਦਰ ਪਰ ਸਿੱਖੀ ਦੇ ਬਾਰੇ ਕੋਈ ਸਿੱਖੀ ਅੱਜ ਦੇ ਹਾਲਾਤ ਦਾ ਕੋਈ ਟਾਰਗੇਟ ਹੋਣਾ ਉਹ ਮੈਨੂੰ ਸਾਨੂੰ ਦਿਖ ਨਹੀਂ ਰਿਹਾ ਸਾਨੂੰ ਦਿਖ ਨਹੀਂ ਰਿਹਾ ਅਸੀਂ ਪਰੂਹਾਂ ਤੇ ਬੈਠ ਕੇ ਆਏ ਆ ਬੁਲਤੇ ਜੱਟ ਸਿੱਖੋਦੇ ਚ ਜਾਂ ਹੋਰ ਸਿੱਖ ਸਮੁਦਾਏ ਸੀਗਾ ਦੇਸ਼ ਵਿਦੇਸ਼ ਦਾ ਸਿੱਖ ਸਮੁਦਾਏ ਸੀਗਾ ਸਵਾ ਸਾਲ ਸੜਕ ਤੇ ਬੈਠ ਕੇ ਆਏ ਆ ਕਿਸੇ ਨੂੰ ਕੋਈ ਖਤਰਾ ਮਹਿਸੂਸ ਹੋਇਆ ਉੱਥੇ ਵੀ ਇਹ ਗੱਲਾਂ ਚੱਲੀਆਂ ਕਿ 26 ਜਨਵਰੀ ਨੂੰ ਜਦੋਂ ਇਹ ਸੀ ਟਰੈਕਟਰ ਮਾਰਚ ਕਰਨਾ ਉਹ ਟਰਾਲੀਆਂ ਉੱਪਰ ਕੇ ਬੰਦੂਕਾਂ ਆ ਗਈਆਂ ਸ਼ਭੀਆਂ ਆ ਜਾਣੀਆਂ ਆ ਹੋ ਜਣਗਾ ਬੰਬ ਗੋਲੇ ਚੱਲ ਜਾਣਗੇ ਆ ਹੋ ਜੂ ਆ ਹੋ ਜੂ ਉੱਥੇ ਵੀ ਇਹੋ ਜਿਹਾ ਮਾਹੌਲ ਕੁਝ ਲੋਕਾਂ ਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਉਹਦੇ ਚ ਉਹ ਕਾਮਯਾਬੀ ਹੋਈ ਤਾਨੂੰ ਪਤਾ ਜਿਹੜਾ ਲਾਲ ਕਿਲੇ ਤੇ ਝੰਡਾ ਚਲਾਉਣਾ ਜਾਂ ਕਿੱਦਾਂ ਪਰ ਅੱਜ ਇੱਕ ਬਹੁਤ ਹੀ ਸੋਬਰ ਸਭਾ ਜਾਨੀ ਮਿੱਠੇ ਸਭਾ ਸ਼ਾਂਤ ਸਭਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੀ ਕੱਲਾ ਤਲਵਾਰਾਂ ਨਾਲ ਗਤਕੇ ਦੇ ਵਿੱਚ ਮਾਹਰ ਹੋਣਾ ਤੇ ਸਮਝ ਪੈਂਦੀ ਹੈ ਕਿ ਉਹ ਸਿੱਖ ਸਿੰਬਲ ਹੈਗੇ ਆ ਉਹ ਸਿੱਖ ਸੱਭਿਆਚਾਰ ਹੈਗਾ ਉਹਨੂੰ ਯਾਦ ਰੱਖਣਾ ਪਰ ਮਾਡਰਨ ਹਥਿਆਰਾਂ ਦੇ ਨਾਲ ਲਾਇਸੈਂਸੀ ਬੰਦੂਕਾਂ ਦੇ ਨਾਲ ਆਪਣੇ ਆਪ ਨੂੰ ਤਿਆਰ ਕਰਕੇ ਕਹਿਣਾ ਉਹ ਉਹ ਜਿਹੜੀ ਆ ਡਿਸਪਰਪੋਰਸ਼ਨੇਟ ਹੈਗੀ ਆ ਮੇਰਾ ਖਿਆਲ ਆ ਉਹਦਾ ਪਰਪਸ ਰਾਜਨੀਤਿਕ ਆ ਜਦੋਂ ਹੁਣ ਰਾਜਨੀਤਿਕ ਤੌਰ ਤੇ ਉਹਨਾਂ ਦੀ ਜਿਹੜੇ ਸਿੱਖ ਪੋਲਿਟਿਕਸ ਅੱਜ ਤੱਕ ਕਰਦੇ ਆਏ ਆ ਤੋ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਹੈ ਤਾਂ ਉਹਨਾਂ ਦੇ ਪੂਰੇ ਐਫਰਟ ਦੇਖੋ ਐਫਰਟ ਕੀ ਹੈਗੇ ਆ ਪਹਿਲਾਂ ਸਾਰੇ ਮਤਭੇਦ ਭਲਾ ਕੇ ਸਮਰਨਜੀਤ ਸਿੰਘ ਮਾਨ ਤੋਂ ਲੈ ਕੇ ਦਾਤੂਵਾਲ ਤੋਂ ਫਿਰ ਦਿੱਲੀ ਦੇ ਜੀਕੇ ਸੇ ਹੋਰ ਸਾਰੇ ਬੰਦਿਆਂ ਨੂੰ ਬੁਲਾ ਕੇ ਆਪਾਂ ਜਿਹੜਾ ਵੱਡਾ ਇਕੱਠ ਹੋਇਆ ਤੇ ਨਵਾਂ ਮੈਂਬਰੀ ਕਮੇਟੀ ਬਣੀ ਉਹ ਇਸੇ ਹੀ ਐਫਰਟ ਦਾ ਆ ਕਿ ਸਿੱਖੀ ਜਿਹੜੀ ਹੈ ਉਹ ਇੱਕ ਜਗ੍ਹਾ ਤੇ ਇਕੱਠੇ ਰਹਿਣੇ ਚਾਹੀਦੇ ਆ ਆਪਾਂ ਇਹਨਾਂ ਹਾਲਾਤਾਂ ਜੇ ਲੱਗth ਲੱਗ ਰਹਾਂਗੇ ਤਾਂ ਜਿਹੜੇ ਹਾਦੀ ਹੋ ਰਹੀਆਂ ਉਹ ਵਿਚਾਰ ਕਹ ਲਓ ਉਹ ਫਲਸਫਾ ਕਹ ਲਓ ਮੈਨੂੰ ਕੋਈ ਬਾਕੀ ਦੀਆਂ ਨਹੀਂ ਬੁਲਤੀਆਂ ਗੱਲਾਂ ਜੇਲਾਂ ਚਲੇ ਗਏ ਕੀ ਹੋਇਆ ਕੀ ਨਹੀਂ ਹੋਇਆ ਉਹ ਗੱਲਾਂ ਚਲਦੀਆਂ ਰਹਦੀਆਂ ਪਰ ਜੇ ਤੁਹਾਨੂੰ ਤੁਸੀਂ ਫਲਸਫੇ ਦੇ ਤੌਰ ਤੇ ਐਜ਼ ਸਿੱਖ ਇੱਕ ਸਿੱਖ ਇਤਿਹਾਸ ਸਭਿਆਚਾਰ ਉਹਦੇ ਤੌਰ ਤੇ ਵੀ ਤੁਹਾਨੂੰ ਲੱਗਦਾ ਕਿ ਉਹਦੇ ਤੇ ਹਮਲਾ ਹੋ ਰਿਹਾ ਤਾਂ ਫਿਰ ਕੁਦਰਤੀ ਆ ਕੇ ਇਕੱਠੇ ਹੋਣਾ ਕੋਈ ਮਾੜੀ ਗੱਲ ਨਹੀਂ ਇਹ ਸਾਡਾ ਸੰਵਿਧਾਨ ਵੀ ਸਾਡੀ ਸਾਡਾ ਇਹੋ ਜਿਹੇ ਹਾਲਾਤ ਵੀ ਸਾਨੂੰ ਇਕੱਲਾ ਅਜਾਜ਼ਤ ਹੀ ਨਹੀਂ ਦਿੰਦੇ ਸਾਨੂੰ ਪ੍ਰੇਰ ਦੇ ਵੀ ਤਾਂ ਨੂੰ ਇਸ ਗੱਲ ਹੀ ਇੰਜ ਕੈਲੂਸ ਰਾਦਰ ਕੇ ਮਜਬੂਰ ਵੀ ਕਰਦੇ ਆ ਕਿ ਤੁਸੀਂ ਇੰਜ ਸੋਚੋ ਤੇ ਨਹੀਂ ਤੇ ਤੁਸੀਂ ਠੰਡਰ ਜਾਓਗੇ ਚੰਗ ਕਿਸੇ ਨੇ ਉਹਦੀ ਬਰੋਧਤਾ ਨਹੀਂ ਕੀਤੀ ਉਤਸ਼ਾਹੀ ਕੋਈ ਮਾੜੀ ਗੱਲ ਨਹੀਂ ਹੈ ਡੈਮੋਕਰੈਟਿਕ ਗੱਲ ਹੈਗੀ ਪਰ ਇੱਕ ਐਡੀ ਵੱਡੀ ਸਾਡੀ ਵੱਡੀ ਸੀਟ ਤੋਂ ਸਿਕ ਸੀਟ ਤੋਂ ਐਹੋ ਜੀ ਕਾਲ ਆਉਣੀ ਮੈਨੂੰ ਇਹ ਲੱਗਦਾ ਕਿ ਬੜੀ ਹੈਰਾਨੀ ਜਨਕ ਆ ਚਿੰਤਾ ਚ ਚਿੰਤਾ ਚ ਡੁੱਬਣ ਵਾਲੀ ਹੈ ਔਰ ਇਹਦੇ ਤੇ ਰਿਵਿਊ ਹੋਣਾ ਚਾਹੀਦਾ ਸਾਡੀ ਡਿਬੇਟ ਹੋਣੀ ਚਾਹੀਦੀ ਜਿਸ ਤਰ੍ਹਾਂ ਅਸੀਂ ਡਿਬੇਟ ਕਰ ਰਹੇ ਹਾਂ ਹੋਰ ਸਭ ਚੈਨਲਾਂ ਤੇ ਹੋਰ ਸਾਰੀਆਂ ਸੱਥਾਂ ਦੇ ਵਿੱਚ ਹੋਰ ਸਾਰੇ ਆਧਾਰਿਆਂ 'ਚ ਆਧਾਰਿਆਂ 'ਚ ਲਗਾਤਾਰ ਇਹਦੀ ਡਿਬੇਟ ਹੋਣੀ ਚਾਹੀਦੀ ਕਿ ਕੀ ਅਸੀਂ ਜਾਣ ਬੁੱਝ ਕੇ ਪੰਜਾਬ ਦੇ ਹਾਲਾਤਾਂ ਨੂੰ ਤ੍ਰੁਵਿਕਰਨ ਕਰਨਾ ਚਾਹੁੰਦੇ ਹਾਂ ਸਿੱਖ ਵਰਸਸ ਹਿੰਦੂ ਬਣਾਉਣਾ ਚਾਹੁੰਦੇ ਹਾਂ ਕਿਤੇ ਇੱਕ ਹਲ ਦਾ ਇੱਕ ਕਿਸਮ ਦਾ ਟ੍ਰਿਗਰ ਪੁਆਇੰਟ ਤੇ ਦੇ ਹੀ ਦਿੱਤਾ ਨਾ ਅਸੀਂ ਜੇ ਤੋ ਇੱਕ ਪਾਸੇ ਤੁਸੀਂ ਕਾਲ ਦੇ ਦੋਗੇ ਔਰ ਉਹ ਵੀ ਉਸ ਸੀਟ ਵੱਲੋਂ ਕਿਸੇ ਰਾਜਨੀਤਿਕ ਲੋਕ ਵੱਲੋਂ ਦੇ ਤਾਂ ਲੋਕ ਸੀਰੀਅਸ ਨਹੀਂ ਲੈਂਦੇ ਕਿਸੇ ਹੋਰ ਕੱਲ ਐਸਜੀਪੀਸੀ ਦੇ ਮੈਂਬਰ ਵੱਲੋਂ ਵੀ ਦਿੱਤਾ ਜਾਂਦਾ ਲੋਕਾ ਕਹਣਾ ਸੀ ਯਾਰ ਉਹਦੇ ਨਿੱਜੀ ਵਿਚਾਰ ਹੈ ਪਰ ਉਸ ਸੀਟ ਤੋਂ ਆਉਣਾ ਇਹ ਨਿੱਜੀ ਵਿਚਾਰ ਨਹੀਂ ਹੈ ਉਸ ਮੁੱਚੇ ਸਿੱਖ ਸਮੁਦਾਏ ਦੇ ਸਾਡੇ ਸਭ ਤੋਂ ਉੱਚੇ ਲੀਡਰ ਹੈਗੇ ਔਰ ਉਹਦੇ ਵੱਲੋਂ ਇਹੋ ਜਿਹਾ ਵਿਚਾਰ ਪ੍ਰਗਟਾਉਣਾ ਮੈਨੂੰ ਲੱਗਦਾ ਕਿ ਉਹਦਾ ਅਸਰ ਬਹੁਤ ਗਹਿਰਾ ਹੋਊਗਾ। ਔਰ ਉਸਦੇ ਅਰਥ ਬਹੁਤ ਦੇਸ਼ ਵਿਦੇਸ਼ ਜਿੱਥੇ ਜਿੱਥੇ ਸਿੱਖ ਸਮੁਦਾਇ ਬੈਠਾ ਉਹ ਆਪਣੇ ਆਪਣੇ ਢੰਗ ਦੇ ਨਾਲ ਕੰਢਣੇ ਸ਼ੁਰੂ ਕਰ ਦੇਣਗੇ। ਮੈਨੂੰ ਲੱਗਦਾ ਇਸ ਤੇ ਪੁਨਰ ਵਿਚਾਰ ਹੋਣਾ ਚਾਹੀਦਾ ਕਿ ਇਹ ਕਾਲ ਠੀਕ ਹੈ ਜਾਂ ਨਹੀਂ ਠੀਕ ਹੈ। ਮੇਰੇ ਨਿੱਜੀ ਵਿਚਾਰ ਇਹ ਹੈ ਕਿ ਇਹ ਕਿਸੇ ਵੀ ਤਰੀਕੇ ਨਾਲ ਸਿੱਖੀ ਦਾ ਫਾਇਦਾ ਕਰਨ ਵਾਲੀ ਗੱਲ ਨਹੀਂ ਹੈ। ਮੈਂ ਬੜੇ ਸਾਫ਼ ਇਹਦੇ 'ਚ ਸ਼ਬਦਾਂ 'ਚ ਕਹਿ ਰਿਹਾ ਤੁਸੀਂ ਇਹ ਸਿੱਖਾਂ ਨੂੰ ਲਾਹੰਬੰਦ ਕਰ ਲੋਗੇ ਤੁਸੀਂ ਸਿੱਖਾਂ ਨੂੰ ਹਥਿਆਰਬੰਦ ਕਰ ਲੋਗੇ ਤੁਸੀਂ ਕਹੋ ਫਿਰ ਵੀ ਤੁਸੀਂ ਟੈਂਕ ਵੀ ਲਾਓ ਤੁਸੀਂ ਕਹੋ ਫਿਰ ਤੁਸੀਂ ਜਹਾਜ਼ ਵੀ ਲਾਓ ਫਿਰ ਤੁਸੀਂ ਕਹੋ ਲੇਜ਼ਰ ਹਥਿਆਰ ਵੀ ਲਾਓ ਜਿਵੇਂ ਰਸ਼ੀਆ ਨੇ ਲਏ ਆ ਉਹਨਾਂ ਨੇ ਜਿਹੜੇ ਉੱਪਰੋਂ ਵੱਡੇ ਕੋਈ ਡਰੋਨ ਆਉਂਦੇ ਸੀ ਉਹ ਲੇਜ਼ਰ ਦੇ ਨਾਲ ਹੀ ਉੱਪਰ ਤੱਕ ਦੂਰ ਤੱਕ ਮਾਰ ਕਰਕੇ ਮਾਰ ਦਿੰਦੇ ਸੀ ਥੱਲੇ ਸੁੱਟ ਲੈਂਦੇ ਸੀ ਫਿਰ ਜੇ ਤੇ ਤੁਸੀਂ ਸਿੱਖੀ ਨੂੰ ਉਸ ਪੰਦਰ ਤੇ ਦੇਖਣਾ ਜਿਵੇਂ ਸਾਡੇ ਉਦੋਂ ਮੈਡੀਵਲ ਵਿਚਾਰ ਸੀਗੇ ਕਿ ਤੁਸੀਂ ਸਿੱਖ ਜਿਹੜੀ ਆ ਸਟੇਟ ਬਣਾ ਸਕਦੇ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਸਟੇਟ ਬਣਾਈ ਕੀ ਤੁਸੀਂ ਉਦੋਂ ਨੂੰ ਤੋੜਨਾ ਚਾਹੁੰਦੇ ਆ ਸਰਕਾਰੀ ਤੌਰ ਤੇ ਯਾਨ ਉਹਦੇ ਤੇ ਸਾਫ਼ ਹੋ ਜਾ ਕੋਈ ਗੱਲ ਨਹੀਂ ਹੈ ਕੋਈ ਮਾੜੀ ਚੰਗੀ ਚੀਜ਼ ਨਹੀਂ ਮੈਂ ਕਹਿ ਰਿਹਾ ਪਰ ਇਹਦੀ ਮਨਸ਼ਾ ਕੀ ਆ ਇੱਕ ਪਾਸੇ ਆਪਾਂ ਸੰਵਿਧਾਨ ਦੇ ਵਿਚਰਣਾ ਚਾਹੁੰਦੇ ਆ ਇੱਕ ਪਾਸੇ ਸੰਵਿਧਾਨ ਦੀ ਸੌਂ ਚੁੱਕਦੇ ਆ ਇੱਕ ਵਾਰੀ ਅਸੀਂ ਆਪਣੇ ਆਪ ਨੂੰ ਦੇਸ਼ ਭਗਤ ਵੀ ਕਹਿੰਦੇ ਆ ਇੱਕ ਵਾਰੀ ਅਸੀਂ ਕਹਿੰਦੇ ਆ ਅਸੀਂ ਇਨਸਿਕਿਉਰ ਆ ਸਾਡੇ ਲਈ ਸਾਨੂੰ ਆਤਮ ਰੱਖਿਆ ਲਈ ਹਥਿਆਰ ਬੰਦ ਹੋਣਾ ਚਾਹੀਦਾ ਜੀ ਜੇ ਕੋਈ ਇਹੋ ਜਿਹੀ ਵਾਕਿਆ ਹੀ ਤੁਹਾਨੂੰ ਦਿਖ ਰਹੀ ਹੈ ਕਿ ਸਿੱਖੀ ਨੂੰ ਜਾਂ ਸਿੱਖ ਵਿਚਾਰ ਨੂੰ ਸਿੱਖ ਸੰਸਥਾ ਨੂੰ ਸਿੱਖ ਰੋਹ ਰੀਤਾਂ ਨੂੰ ਸਿੱਖ ਇੱਥੇ ਸਮਾਜ ਨੂੰ ਕਿਸੇ ਕਿਸਮ ਦਾ ਇਹੋ ਜਿਹਾ ਥ੍ਰੈਟ ਪੈਦਾ ਹੋਇਆ ਉਹ ਦੱਸਣਾ ਚਾਹੀਦਾ ਦੱਸਣਾ ਚਾਹੀਦਾ ਆਉਣਾ ਚਾਹੀਦਾ ਔਰ ਇਹ ਵੀ ਦੱਸਣਾ ਬਣਦਾ ਕਿਲਾ ਬਿਆਨ ਦੇ ਕੇ ਭੱਜਣ ਦੀ ਲੋੜ ਨਹੀਂ ਹੈ ਕਿ ਅਸੀਂ ਇਹਦੇ ਨਾਲ ਕਿਵੇਂ ਕੰਮਜਾਬ ਹੋਵਾਂਗੇ ਜੇ ਦੂਜੇ ਪਾਸੇ ਐਡੀ ਵੱਡੀ ਸਟੇਟ ਆ ਨਹੀਂ ਤੇ ਅਸੀਂ ਜਾਣ ਬੁੱਝ ਕੇ ਆਪਣੇ ਆਪ ਨੂੰ ਦੂਜੇ ਦੇ ਅਤਿਆਚਾਰ ਦਾ ਟਾਰਗੇਟ ਬਣਾ ਰਹੇ ਹਾਂ ਬੜਾ ਤਕੜਾ ਧਿਆਨ ਆਇਆ ਜੀ ਕੱਲ ਨੂੰ ਉਹ ਕਹਿਣਗੇ ਨਾ ਤੇ ਕਿਹਾ ਸੀ ਇਹ ਤੇ ਹੈ ਹੀ ਇਹੋ ਜੇ ਇਹ ਤੇ ਕਿਤੇ ਟਿਕਣ ਵਾਲੇ ਹੀ ਨਹੀਂ ਇਹ ਤੇ ਐਸਤਰਾ ਆ ਔਰ ਇਹਦਾ ਫਾਇਦਾ ਡੈਮੋਕਰੈਟਿਕ ਮਾਈਂਡ ਨਹੀਂ ਲੈਣਗੇ ਇਹਦਾ ਫਾਇਦਾ ਜਿਹੜੇ ਲੋਕਤੰਤ੍ਰਿਕ ਮਾਈਂਡ ਸੈਟ ਹੈਗੇ ਆ ਜਾਂ ਲੋਕਤੰਤ੍ਰਿਕ ਵਿਚਾਰਧਾਰਾ ਜਨਤੰਤ੍ਰਿਕ ਵਿਚਾਰਧਾਰਾ ਵਾਲੇ ਇਹੋ ਜਿਹੇ ਬਿਆਨਾਂ ਦਾ ਫਾਇਦਾ ਨਹੀਂ ਲੈਣਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਦਊਗਾ ਪੰਨੂ ਗੁਰਪਤਮਨ ਸਿੰਘ ਪੰਨੂ ਪਹਿਲਾਓ ਕਈ ਬਹੁਤ ਚੰਗਾ ਕਾਲ ਤਖਤ ਵਾਲਿਆਂ ਨੂੰ ਵੀ ਹੁਣ ਅਕਲ ਆ ਗਈ ਕਿ ਉਹਨਾਂ ਨੇ ਵੀ ਉਥੋਂ ਇਹ ਬਿਆਨ ਦੇਤਾ ਹੁਣ ਤਕੜੇ ਹੋ ਜੋ ਜਿਤ ਤੋਰ ਪਊ ਗਾਲ ਤੇ ਹਾਲਸਾ ਜੀ ਜਥੇਦਾਰ ਜੀ ਫਿਰ ਟਾਟੇ ਤੋਂ ਸਾਂਭੀ ਨਹੀਂ ਜਾਣੀ ਫਿਰ ਉਹ ਆਪਣੇ ਤੌਰ ਤੇ ਚੱਲੂ ਉਹਦੇ ਚ ਕੁਦਰਤੀ ਹੈ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਵਿਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦੂਜੇ ਤੀਜੇ ਸਾਰੇ ਜਿਦ ਜਿਦੇ ਵੀ ਹਿੱਤ ਇਸ ਜੀਓ ਪੋਲਿਟਿਕਸ ਦੇ ਵਿੱਚ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿੱਚ ਐ ਸਾਰੇ ਇਕੱਠੇ ਹੋ ਜਾਣਗੇ ਇੱਥੇ ਆ ਕੇ ਬੈਠ ਜਾਣਗੇ ਤੱ ਲੱਗੇ ਰਹੋ ਤੁਸੀਂ ਕਰ ਲਿਓ ਪੰਜਾਬ ਦਾ ਵਿਕਾਸ ਕਰ ਲਿਓ ਪੰਜਾਬ ਨੂੰ ਸਾਰਾ ਕੁਝ ਉਹ ਕਰਨਾ ਹਾਂ ਔਰ ਉਹਦਾ ਰਿਜ਼ਲਟ ਪਹਿਲਾਂ ਹੀ ਇਹ ਨਿਕਲਿਆ ਜੀ ਕਿ ਜਿਹੜੇ ਕੁਝ ਹਿੰਦੂ ਕੱਟੜ ਪੰਥੀ ਆ ਉਹਨਾਂ ਨੇ ਕਹਿਤਾ ਹਿੰਦੂਓ ਅਸੀਂ ਪਹਿਲਾਂ 10 ਸਾਲ 15 ਸਾਲ ਬਹੁਤ ਸੰਤਾਪ ਕੋ ਉਤਿਆ 33000 ਬੰਦੇ ਸਾਡੇ ਮਾਰਤੇ ਮੈਨੂੰ ਨਹੀਂ ਪਤਾ ਐ ਅੰਕੜੇ ਕਿੱਥੋਂ ਆਉਂਦੇ ਆ ਕਿਹੜੀ ਮਸ਼ੀਨ ਜਿਹੜੀ ਅੰਕੜੇ ਛਾਪ ਰਹੀ ਆ ਜੋ ਮੂੰਹ ਚ ਆਇਆ ਬੋਲ ਦੋ ਕੀ ਫਰਕ ਪੈਂਦਾ 33000 ਹਿੰਦੂ ਮਾਰਤੇ ਆ ਉਦੋਂ ਜਦੋਂ ਖਾੜਕੂਵਾਦ ਦੀ ਸਿੱਖ ਖਾੜਕੂਵਾਦ ਸੀ ਹੁਣੇ ਫਿਰ ਰਿਹਾ ਆਪਾਂ ਵੀ ਬੰਦੂਕਾਂ ਲਾਓ ਮਾਡਰਨ ਹਥਿਆਰ ਲਾਓ ਤੁਹਾਨੂੰ ਤੇ ਕੇਂਦਰ ਦੀ ਪੂਰੀ ਸ਼ੈ ਹੈ ਤਕੜੇ ਹੋ ਜਾਓ ਮਤਲਬ ਮੈਂ ਆਪਣੀ ਵੱਲੋਂ ਕਹਿ ਰਿਹਾ ਉਹ ਇੰਪਲੀਸਿਟ ਹੈ ਨਾ ਇਹਦਾ ਮਤਲਬ ਆਪਾਂ ਕੀ ਸਿੱਖਾਂ ਨੂੰ ਕਮਜ਼ੋਰ ਕਰ ਰਹੇ ਹਾਂ ਸਿੱਖੀ ਨੂੰ ਅੱਗੇ ਤੋਰ ਰਹੇ ਹਾਂ ਸਿੱਖੀ ਦਾ ਫਲਾਹ ਕਰ ਰਹੇ ਹਾਂ ਸਿੱਖੀ ਨੂੰ ਖਤਰਾ ਹੋ ਗਿਆ ਕੋਈ ਕਿਸ ਕਿਸ ਤੋਂ ਖਤਰਾ ਸਿੱਖੀ ਨੂੰ ਸਿੱਖਾਂ ਦੇ ਅੰਦਰੋਂ ਬਹੁਤ ਖਤਰਾ ਉਹਨੂੰ ਪਹਿਲਾਂ ਕੀ ਅਸੀਂ ਜਾਤਵਾਦ ਖਤਮ ਕਰਤਾ ਕਿ ਪਿੰਡਾਂ 'ਚ ਜਾਤੀ ਤੇ ਲਗ ਲਗ ਮੰਡੀਆਂ ਤੇ ਲਗ ਲਗ ਗੁਰਦੁਆਰੇ ਤੇ ਛਮਚਾਨ ਘਾਟੜ ਸੀ ਉਸ ਨੂੰ ਇੱਕ ਇੱਕ ਮੁੱਠ ਕਰ ਸਕੇ ਆ ਕਿਉਂ ਲਗ ਲਗ ਬਣੇ ਕਦੀ ਸੋਚਿਆ ਗੱਲਾਂ ਕਰਕੇ ਤੁਸੀਂ ਛੱਡਤੀਆਂ ਪਿੱਛੇ ਜੇ ਪ੍ਰੋਗਰਾਮ ਕੀਤੇ ਐਵੇਂ ਉੱਪਰੋਂ ਲਿੰਬਾ ਪੋਚੀ ਲਿਪਾ ਪੋਚੀ ਕਰਕੇ ਤੁਸੀਂ ਛੱਡਤਾ ਤੁਸੀਂ ਸਿੱਖਾਂ ਨੂੰ ਅਸਲ ਮਾਨਿਆ ਕਿ ਇੱਕ ਮਾਨਵਵਾਦੀ ਜਾਤਾਂ ਤੇ ਧਰਮਾਂ ਤੇ ਮਜਮਾਂ ਤੋਂ ਉੱਪਰ ਉੱਠੇ ਵੱਡੇ ਇਨਸਾਨ ਤੇ ਬਣਾ ਨਹੀਂ ਸਕੇ ਹੁਣ ਉਹਨਾਂ ਨੂੰ ਹਥਿਆਰਾਂ ਦਾ ਕਹਿ ਕੇ ਕੀ ਕਰਨਾ ਚਾਹੁੰਦੇ ਆ ਤੁਸੀਂ ਕੀ ਕਾਲ ਦੇਣਾ ਚਾਹੁੰਦੇ ਆ ਸਾਨੂੰ ਦੁਬਾਰਾ ਉਹਨਾਂ ਵੈਸ਼ੀਆਂ ਦੇ ਹੱਥ ਵਿੱਚ ਧੱਕਣਾ ਚਾਹੁੰਦੇ ਆ ਸਾਡੇ ਘਰਾਂ ਦੀਆਂ ਸ਼ਾਂਤੀਆਂ ਭੰਗ ਕਰਨੀਆਂ ਚਾਹੁੰਦੇ ਆ ਤੁਸੀਂ ਇਹ ਦੋਵੇਂ ਧਿਰਾਂ ਲੈ ਕੇ ਬਿਲਕੁਲ ਇਹ ਦੋਵੇਂ ਧਿਰਾਂ ਨੂੰ ਇਹ ਆਕਸੀਜਨ ਮਿਲੂਗੀ ਕਿਉਂਕਿ ਉਹਨਾਂ ਨੂੰ ਵੀ ਜਿਹੜੇ ਉਧਰੋਂ ਕੰਟੜ ਕਟੜ ਪੰਥੀ ਹੋਣਗੇ ਉਹ ਇੱਕ ਬਿਆਨ ਦੇਣਗੇ ਦੂਜੇ ਦੋ ਦੇਣਗੇ ਉਹ ਚਾਰ ਦੇਣਗੇ ਆਮ ਜਨਤਾ ਵੇਖਦੀ ਰਹੇਗੀ ਔਰ ਜਿੰਨੀ ਪੰਜਾਬ ਦੇ ਅੰਦਰ ਇੱਕ ਇਨਕਲਾਬੀ ਲਹਿਰ ਉੱਠ ਰਹੀ ਹੈ ਉਹਨੂੰ ਦਬਾਉਣ ਲਈ ਇੱਕ ਸ਼ੁਰੂਆਤ ਹੋਊਗੀ ਕੋਈ ਨਹੀਂ ਮਜਾਰਾ ਕਰਦਾਊਗਾ ਇੱਥੇ ਐਮਰਜੈਂਸੀ ਲੱਗੂਗੀ ਜੀ ਇਸੇ ਦਾ ਕੋਈ ਫਾਇਦਾ ਨਹੀਂ ਹੋਣਾ ਸਭ ਦਾ ਨੁਕਸਾਨ ਹੋਊਗਾ ਹਿੰਦੂਆਂ ਮੇਰੇ ਵੀਰਾਂ ਦਾ ਵੀ ਹੋਊਗਾ ਭੈਣਾ ਭਰਾਵਾਂ ਦਾ ਪੰਜਾਬ ਦਾ ਨੁਕਸਾਨ ਹੋਊਗਾ ਸਿੱਖਾਂ ਦਾ ਹਰ ਸਮਾਜ ਦਾ ਕੋਈ ਵੀ ਸਮਝ ਲੋ ਇਸ ਲਈ ਇਸ ਪਾਸੇ ਨੂੰ ਜਿਹੜੀ ਕਾਲ ਦਿੱਤੀ ਹੈ ਇਸ ਨੂੰ ਮੈਂ ਗਲਤ ਠੀਕ ਨਾ ਕਹਿੰਦਾ ਹੋਇਆ ਮੈਂ ਇਹ ਕਹਿਣਾ ਕਿ ਇਸ ਨੂੰ ਵਿਚਾਰਨਾ ਚਾਹੀਦਾ ਇਹਨੂੰ ਡਿਸਕਸ ਕਰਨਾ ਚਾਹੀਦਾ ਇਹਦੇ ਕੀ ਨਫੇ ਹੋਣਗੇ ਕੀ ਨੁਕਸਾਨ ਹੋਣਗੇ ਕਿਵੇਂ ਸਾਨੂੰ ਇਹ ਜੇ ਅਸੀਂ ਇਨ ਸਿਕੂਅਰ ਮਹਿਸੂਸ ਕਰ ਰਹੇ ਹਾਂ ਆਸਰਖੇਤ ਮਹਿਸੂਸ ਕਰ ਰਹੇ ਹਾਂ ਤੇ ਸਾਨੂੰ ਇਹ ਹਥਿਆਰ ਕਿਵੇਂ ਸੁਰੱਖਿਆ ਦੇਣਗੇ ਇਸ ਗੱਲ ਦੀ ਪੂਰਾ ਚਰਚਾ ਹੋਣੀ ਚਾਹੀਦੀ ਆ ਮੈਨੂੰ ਬਹੁਤ ਅਫਸੋਸ ਵੀ ਹੋ ਰਿਹਾ ਕਿ ਅਚਾਨਕ ਇੱਕ ਦਾ ਵੱਡਾ ਬਿਆਨ ਦੇ ਮਾਰਨਾ ਇਹ ਛੋਟੀ ਗੱਲ ਨਹੀਂ ਹੈ ਇਹਦੇ ਨਾਲ ਧਰੂ ਵੀ ਕਰਨ ਦੀ ਸ਼ੁਰੂਆਤ ਹੋਈ ਹੈ ਲਾਸਟ ਗੱਲ ਮੈਂ ਜੋੜ ਕੇ ਗੱਲ ਖਤਮ ਕਰਦਾ ਜੇ ਕੋਈ ਹੋਰ ਸਵਾਲ ਹੋਏ ਤੇ ਤੁਹਾਡਾ ਲੈਣਾ ਉਹ ਇਹ ਆ এবਨਪੂ ਲੋਕ ਆਮ ਆਦਮੀ ਪਾਰਟੀ ਨੇ ਆਉਂਦਿਆਂ ਹੀ ਇਹ ਗੱਲ ਕਹੀ ਹੈ ਕਿ ਅਸੀਂ ਪੁਲਿਸ ਵਾਲਿਆਂ ਨਾਲ ਜਿਹੜਾ ਇਨ ਐਕਸ਼ਨ ਮਾਰਿਆ ਜਾਊ ਔਨ ਡਿਊਟੀ ਮਾਰਿਆ ਜਾਊ ਸ਼ਹੀਦ ਹੋਊ 1 ਕਰੋੜ ਰੁਪਇਆ ਦੇਾਂਗੇ ਕਦੀ ਕੋਈ ਹੋਰ ਕਦੀ ਕੋਈ ਹੋਰ ਜਿਹੜਾ ਆਦਮੀ ਆਉਣ ਜੌਬ ਆਉਣ ਕੰਮ ਕਰਦਾ ਇੱਕ ਕਰੋੜ ਰੁਪਇਆ ਉਹਨੂੰ ਦਿੰਦੇ ਆ ਨਾਮ ਦਿੰਦੇ ਆ ਜਾਂ ਉਹਨੂੰ ਕੰਪਨਸੇਸ਼ਨ ਇਸ ਗੱਲ ਦਾ ਦਿੰਦੇ ਹੈਗੇ ਇਸ ਲਈ ਇਸ ਮੁੱਚੇ ਹਲਾਤੀ ਬਣਾਏ ਜਾ ਰਹੇ ਆ ਕਿ째 ਆਮ ਆਦਮੀ ਪਾਰਟੀ ਵੱਲੋਂ ਇਹ ਗੱਲ ਕਹਿਣਾ ਕਿ ਪਾਕਿਸਤਾਨ ਨੂੰ ਵੱਲੋਂ ਆ ਹੋ ਰਿਹਾ ਆ ਹੋ ਰਿਹਾ ਜੋ ਕਿ ਕੈਪਟਨ ਕਹਿੰਦਾ ਰਿਹਾ ਇਹਨਾਂ ਨੇ ਇਹਨਾਂ ਨੂੰ ਉਤਸ਼ਾਹਤ ਕਰਨਾ ਕਿ ਕੱਕੜੇ ਹੋ ਜੇ ਕੋਈ ਤੁਹਾਨੂੰ ਲੋਡ ਪਾਉਗੀ ਤੇ ਠਾ ਠਾ ਜੋ ਵੀ ਕਰੋ ਅਸੀਂ ਤੁਹਾਡੇ ਪਿੱਛੇ ਖੜੇ ਆਂ 1 ਕਰੋੜ ਰੁਪਏ ਨਾਲ ਅਸੀਂ ਤੁਹਾਡੇ ਪਰਿਵਾਰ ਨੂੰ ਬੱਚੋ ਛਾਹਾਂਗੇ ਪਿੱਛੇ ਦੀ ਤੁਹਾਨੂੰ ਚਿੰਤਾ ਪਰਿਵਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਇਧਰੋਂ ਉਤਸ਼ਾਹਤ ਕਰਨਾ ਇਧਰੋਂ ਜਥੇਦਾਰ ਜੀ ਦਾ ਬਿਆਨ ਆਉਣਾ ਔਰ ਦੂਜੇ ਪਾਸਿਓਂ ਇਹ ਜਿਹੜੇ ਹਿੰਦੂ ਕੱਟੜਪੰਥੀ ਆ ਤਰੰਤ ਬੜੀਆਂ ਖੁਸ਼ੀ ਦੇ ਨਾਲ ਟਪ ਟਪ ਕੇ ਇਸ ਗੱਲ ਦਾ ਜਵਾਬ ਦੇਣਾ ਕਿ ਅਸੀਂ ਵੀ ਹਥਿਆਰ ਬੰਦ ਆਪਣੇ ਆਪ ਨੂੰ ਕਰ ਰਹੇ ਆਂ ਇਹ ਪੰਜਾਬ ਦੇ ਉਸ ਪਿਵਿੱਖ ਲਈ ਤੇ ਬਿਲਕੁਲ ਹੀ ਠੀਕ ਨਹੀਂ ਔਰ ਮੈਨੂੰ ਲੱਗਦਾ ਕਿ ਇਹਦੀ ਪਲੈਨਿੰਗ ਦਾ ਪਿੱਛੇ ਜਿਹੜਾ ਇਹਦਾ ਅਸਲੀ ਹਿੱਸਾ ਆ ਉਹ ਸੁਖਵਿੰਦਰ ਇਹ ਆ ਕਿ ਪਿੱਛੇ ਜਿਹੜੇ ਕਿਸਾਨ ਅੱਜ ਵੀ ਇੱਕ ਬੌੜ ਸਸ਼ਕਤ ਮਹਿਸੂਸ ਕਰ ਰਿਹਾ ਇਥੋਂ ਦੀਆਂ ਔਰਤਾਂ ਇਥੋਂ ਦੇ ਦਲੇ ਇਥੋਂ ਦੇ ਬੇਰਜਗਾਰ ਇਥੋਂ ਦੇ ਪੰਜਾਬੀ ਜਿਹੜੇ ਆਪਣੇ ਤੌਰ ਤੇ ਸਿਰ ਚੁੱਕ ਕੇ ਹੁਣ ਪਹਿਲਾਂ ਨਾਲੋਂ ਅਸਲਮਾਨਿਆ ਚ ਡੈਮੋਕ੍ਰੇਸੀ ਨੂੰ ਚਲਾ ਰਹੇ ਅਸਲਮਾਨਿਆ ਕਿ ਉਹ ਇਹਨਾਂ ਦੇ ਚੈਂਪੀਅਨਾਂ ਚੋਂ ਇਹਨਾਂ ਦੇ ਮੰਤਰੀਆਂ ਦੇ ਘਰਾਂ ਤੋਂ ਡੈਮੋਕ੍ਰੇਸੀ ਨਹੀਂ ਚੱਲੂਗੀ ਉਹ ਖੇਤਾਂ ਚੋਂ ਚੱਲੂਗੀ ਉਹ ਫੈਕਟਰੀਆਂ ਚੋਂ ਚੱਲੂਗੀ ਉਹ ਮਹੱਲਿਆਂ ਚੋਂ ਚੱਲੂਗੀ ਜੋ ਖੁਦ ਆਮ ਆਦਮੀ ਪਾਰਟੀ ਲਗਾ ਕੇ ਕਹਿੰਦੀ ਰਹੀ ਹੈ ਉਹਦੇ ਮੁਤਾਬਕ ਚੱਲੂਗੀ ਤਾਂ ਫਿਰ ਚੱਲਣ ਦਿਓ ਫਿਰ ਕਿਉਂ ਨੂੰ ਤੁਸੀਂ ਕਦੀ ਪੁਲਿਸ ਨੂੰ ਕਰੋੜ ਕਰੋੜ ਰੁਪਇਆ ਦੇ ਕੇ ਕਹਿੰਦੇ ਆ ਕਦੀ ਇਧਰੋਂ ਇਹੋ ਜਿਹਾ ਬਿਆਨ ਆ ਜਾਂਦਾ ਉਧਰੋਂ ਇਹੋ ਜਿਹਾ ਆ ਜਾਂਦਾ ਇਹਦੇ ਪਿੱਛੇ ਜਿਹੜੀ ਸਾਰੀ ਰਮਝ ਲੱਗਦੀ ਆ ਜੋ ਮੈਂ ਜੇ ਸਾਜ਼ਿਸ਼ ਨਾ ਸਭ ਜਵਰ ਤਾਂ ਤਾਂ ਜਿਹੜੀ ਪਿੱਛੇ ਸਕੀਮ ਲੱਗਦੀ ਆ ਉਹ ਇਹੀ ਐ ਕਿ ਇਹਨਾਂ ਲੋਕਾਂ ਦਾ ਮੂੰਹ ਤਾਂ ਬੰਦ ਹੋਊਗਾ ਜੇ ਇਹੋ ਜਿਹਾ ਅਫਰਾ ਤਫਰੀ ਵਾਲਾ ਮਾਹੌਲ ਹੋ ਜਾਊਗਾ ਫੁੱਲ ਸਰਾਜ ਹੋ ਜਾਊਗਾ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਘਰੇ 5 ਵਜੇ ਤੋਂ ਬਾਅਦ ਤੁਸੀਂ ਘਰੋ ਘਰੀ ਆਪਣੇ ਅੰਦਰੋਂ ਜਿੰਦਰੇ ਲਾ ਕੇ ਬੈਠੇ ਹੋਇਆ ਕਰੋਗੇ ਹਾਂਜੀ ਬਿਲਕੁਲ ਬਿਲਕੁਲ ਕਾਫੀ ਚਿੰਤਾਜਨਕ ਹੈ ਮਸਲਾ ਇਹਦੇ ਉੱਤੇ ਇੱਕ ਲੰਬੀ ਡਿਬੇਟ ਜਿਵੇਂ ਤੁਸੀਂ ਕਿਹਾ ਉਹ ਬਣਦੀ ਐ ਲਗਾਤਾਰ ਪ੍ਰੋਗਰਾਮ ਇਹਦੇ ਤੇ ਆਪਾਂ ਅੱਗੇ ਲੈ ਕੇ ਆਵਾਂਗੇ ਪ੍ਰੋਫੈਸਰ ਸਾਹਿਬ ਅਗਲੀ ਗੱਲ ਮੈਂ ਜੇ ਮਾਨ ਸਰਕਾਰ ਦੀ ਕਰਾਂ ਯੂ ਟਰਨ ਤੇ ਯੂ ਟਰਨ ਜਿੰਨੇ ਫੈਸਲੇ ਲਏ ਜਾਂ ਫਿਰ ਜਿਹੜੇ ਫੈਸਲੇ ਲੈਣ ਦੇ ਬਾਰੇ ਸੋਚਿਆ ਉਹਦੇ ਲਈ ਪਹਿਲਾਂ ਲੋਕਾਂ ਦੇ ਵਿੱਚ ਇੱਕ ਛੁਰਲੀ ਜੀ ਛੱਡ ਦੋ ਉਸ ਤੋਂ ਬਾਅਦ ਦੇਖੋ ਕਿ ਲੋਕਾਂ ਨੇ ਰਿਐਕਸ਼ਨ ਕੀ ਆ ਇੱਕ ਤਾਂ ਪੰਚਾਇਤੀ ਜ਼ਮੀਨਾਂ ਦਾ ਮਸਲਾ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੁਣ ਕਹਿੰਦੇ ਅੱਗੇ ਵਧਾਤਾ ਟਾਈਮ ਉਹ ਤੁਸੀਂ ਥੋੜਾ ਕੋਲ ਕੇ ਦੱਸਿਓ ਕਿ ਕੀ ਹੋਇਆ ਤੇ ਹੁਣਾਂ ਕੀ ਚਾਹੀਦਾ ਦੂਜਾ ਇਹ ਕਿ ਜਿਹੜਾ ਮੁਫਤ ਬੱਸ ਸਫ਼ਰ ਦੀ ਗੱਲ ਕੀਤੀ ਸੀ ਉਹ ਪਿੱਛੇ ਜੇ ਕਬਰਾਂ ਚੱਲ ਗਈਆਂ ਕਿ ਉਹ ਤਾਂ ਜੀ ਵਾਪਸ ਲੈਣਾ ਫੈਸਲਾ ਦੋਕ ਦਿਨ ਤੱਕ ਕੋਈ ਬੋਲੇ ਨਹੀਂ ਇਹ ਲੋਕਾਂ ਨੇ ਚੰਗਾ ਵਿਰੋਧ ਕੀਤਾ ਬੀਬੀਆਂ ਨੇ ਕੀਤਾ ਕਿ ਕੋਈ ਨਹੀਂ ਅਗਲੀ ਵਾਰੀ ਦੇਾਂਗੇ ਫਿਰ ਇੱਕ ਮੌਕਾ ਹੋਰ ਦੇਖ ਲਿਓ ਕਿਵੇਂ ਮਿਲੂਗਾ ਤੇ ਸਰਕਾਰ ਕਹਿੰਦੀ ਕਿ ਨਹੀਂ ਅਸੀਂ ਤਾਂ ਕਿਹਾ ਹੀ ਨਹੀਂ ਅਫਵਾਹਾਂ ਫਲਾਤੀਆਂ ਆਹੋ ਇਹ ਨਾ ਕਈ ਗੱਲਾਂ ਦੇ ਵਿੱਚ ਕੋਸ਼ਿਸ਼ ਕਰਦੇ ਆ ਤੁਹਾਨੂੰ ਯਾਦ ਹੀ ਆ ਇੱਕ ਦੇ ਘੜੁੱਕਿਆਂ ਵਾਲਾ ਫੈਸਲਾ ਤੁਰੰਤ ਇੱਕ ਦਿਨ ਚੀ ਵਾਪਸ ਲੈਣਾ ਪਿਆ ਸੀ ਹੈਨਾ ਇਸੇ ਤਰੀਕੇ ਨਾਲ ਇੱਕ ਕੋਈ ਹੋਰ ਫੈਸਲਾ ਵੀ ਸੀਗਾ ਜਿਹੜਾ ਬਿਜਲੀ ਨਾਲ ਸੰਬੰਧਿਤ ਸੀਗਾ ਨਾ ਹਾਂ ਬਿਜਲੀ ਨਾਲ ਸੰਬੰਧਿਤ ਸੀਪੀਐਸੀ ਮੋਟਰਾਂ ਜਿਹੜੀਆਂ ਆ 10 ਏਕੜ ਤੋਂ ਉੱਪਰ ਵਾਲੇ ਉਹ ਰੌਲਾ ਪੈ ਗਿਆ ਸੀਗਾ 10 ਏਕੜ ਤੋਂ ਉੱਪਰ ਵਾਲੇ ਦੇ ਹੁਣ ਬਿੱਲ ਆਇਆ ਕਰਨਗੇ ਉਹ ਫਿਰ ਤਰੰਤ ਆ ਗਿਆ ਵੀ ਨਹੀਂ 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 ਅਸੀਂ ਇਹੋ ਜੀ ਕੋਈ ਗੱਲ ਨਹੀਂ ਕਰ ਰਹੇ ਆ ਬੀਬੀਆਂ ਬੜੀਆਂ ਕੱਲ ਮੇਰਾ ਤੇ ਖਿਆਲ ਮੈਂ ਤਾਂ ਹੀ ਗੱਲ ਜਿਹੜੀ ਮੈਂ ਪਹਿਲੀ ਗੱਲ ਕਹੀ ਆ ਨਾ ਸਖਵਿੰਦਰ ਜੀ ਉਹ ਮੈਂ ਐਸੀ ਗੱਲ ਤੋਂ ਸਾਰੀ ਗੱਲ ਕਹੀ ਆ ਮੈਂ ਬੀਬੀਆਂ ਦੇ ਕਮਾਲ ਦੇਖਿਆ ਆ ਆਰਡੀਨਰੀ ਉਦੋਂ ਭਗਵੰਤ ਮਾਨ ਆਉਂਦਾ ਸੀ ਮਿੰਤਾ ਕਰਦਾ ਸੀ ਇੰਜ ਹੱਥ ਜੋੜ-ਜੋੜ ਕੇ ਕਹਿੰਦਾ ਸੀਗਾ ਮੂਨਾਵਕੇ ਦੱਸੇ ਸਾਨੂੰ ਯਾਨੀ ਇੱਕ ਬਿਲਕੁਲ ਬਿਲਕੁਲ ਸਧਾਰਨ ਤੋਂ ਸਧਾਰਨ ਬੀਬੀ ਬਾਸਪੈਂਡ ਤੇ ਖੜੀ ਜਦੋਂ ਉਹਨੂੰ ਕਹਿੰਦਾ ਬੰਦਾ ਆਪਣਾ ਜਿਹੜਾ ਕੰਡਕਟਰ ਆ ਵੀ ਨਾ ਬੀਬੀ ਹੁਣ ਤੇ ਕਰਾਇਆ ਲੱਗੂ ਉਹ ਕਹਿੰਦੇ ਕਿ ਕੌਣ ਕਹਿੰਦਾ ਤੈਨੂੰ ਕਰਾਇਆ ਲੱਗੂ ਮੈਂ ਨਹੀਂ ਕਿਹਾ ਕਿ ਇੱਥੇ ਸਾਨੂੰ ਮੁਫਤ ਕਰਾਇਆ ਮੁਫਤ ਹਸੂਲੀਅਤ ਹੈਗੀਆ ਨਹੀਂ ਜੀ ਸਰਕਾਰ ਕਿਹੜੀ ਸਰਕਾਰ ਆ ਅਸੀਂ ਸਰਕਾਰ ਆ ਇਹ ਜਿਹੜੀ ਆਈ ਆ ਇਹ ਨਾ ਲੋਕਾਂ ਦੇ ਵਿੱਚ ਇੱਕ ਸਸ਼ਕਤੀਕਰਨ ਹੋਇਆ ਲੋਕਾਂ ਦਾ ਹਿੰਮਤ ਆਈ ਹੈ ਲੋਕਾਂ ਚ ਹੱਕ ਹਕੂਕ ਲਈ ਜਾਗਰਤੀ ਆਈ ਹੈ ਉਸੇ ਨੂੰ ਹੀ ਖੁੰਡਾ ਕਰਨ ਲਈ ਉਸੇ ਨੂੰ ਦਬਾਉਣ ਲਈ ਇਹ ਸਾਰਾ ਕੁਝ ਚੱਲ ਰਿਹਾ ਤੇ ਇਹ ਪੁਲਿਸ ਦਾ ਵੀ ਜਿਹੜਾ ਮੈਂ ਤੁਹਾਨੂੰ ਬਾਰ-ਬਾਰ ਇਹ ਸੀ ਕਰਕੇ ਕਿ ਨਾ ਇਹ ਠੀਕ ਗੱਲ ਨਹੀਂ ਪੁਲਿਸ ਨੂੰ এনকারেਜ ਕਰਨਾ ਇਹ ਨਾ ਪਲੀਜ਼ ਲਾਅ ਐਂਡ ਆਰਡਰ ਮੇਨਟੇਨ ਕਰ ਲਈਏ ਨਾ ਕਿ ਲੋਕਾਂ ਨੂੰ ਕੁੱਟਣ ਮਾਰਨ ਲਈ ਜਾਂ ਲੋਕਾਂ ਦੇ ਹੱਕ ਹਕੂਕ ਨੂੰ ਖਤਮ ਕਰਨ ਲਈ ਹੈ ਚੰਗੀ ਗੱਲ ਇਹ ਹੈ ਕਿ ਉਹ ਇਹਨਾਂ ਨੇ ਵਾਪਸ ਇਸ ਕਰਕੇ ਲੈ ਲਿਆ ਕਿ ਵਿਰੋਧ ਤਾਂ ਬਹੁਤ ਹੋ ਰਹੀ ਸੀਗੀ ਰਹੀ ਗੱਲ ਜ਼ਮੀਨਾਂ ਦੀ ਇਹ ਦੇਖੋ ਜੇ ਤੇ ਕੱਲ ਰਾਜਵਾਲ ਸਾਹਿਬ ਲੰਬੀ ਗੱਲ ਕਰਕੇ ਗਏ ਆ ਉਹ ਕਹਿ ਰਹੇ ਸੀ ਕਿ ਭੀ ਅਸਲ ਮਾਨਿਆ ਦੇ ਵਿੱਚ ਜਿਹੜੀ ਇਹ ਗੱਲ ਦਾ ਵਾਅਦਾ ਸੀਗਾ ਉਹ ਸੀਗਾ ਕਿ ਜਿਹੜੀ ਜਸਟਿਸ ਕੁਲਦੀਪ ਸਿੰਘ ਵਾਲੀ ਰਿਪੋਰਟ ਸੀਗੀ ਉਸ ਨੂੰ ਆ ਨਵਾਂਗਰਾਮ ਹੋਰ ਚੰਡੀਗੜ੍ਹ ਦੇ ਚਾਰੇ ਪਾਸੇ ਉਹ ਬਹੁਤ ਵਾਰੀ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ ਬਹੁਤ ਵਾਰੀ ਗੱਲ ਕਰ ਚੁੱਕਿਆ ਕਿ ਉਹ ਜੇ ਜ਼ਮੀਨਾਂ ਛਡਾ ਲਈਆਂ ਜਾਣ ਸਰਕਾਰ ਨੂੰ ਘੱਟੋ ਘੱਟ 1.5 ਲੱਖ ਕਰੋੜ ਰੁਪਏ ਦਾ ਫਾਇਦਾ ਹੋ ਜੂ ਬਹੁਤ ਵੱਡਾ ਪੈਸਾ ਇੱਕ ਵੱਡਾ ਬੂਸਟ ਹੋ ਜੂ 5 ਸਾਲ ਆਮ ਨਾਲ ਬਿਨਾ ਕਰਜ਼ਾ ਚੁੱਕਿਆ ਇਸ ਸਰਕਾਰ ਦੇ ਨਿਕਲ ਸਕਦੇ ਆ 5 ਸਾਲ ਉਹ ਕੰਮ ਕਰਦੇ ਹੀ ਨਹੀਂ ਕਿਉਂਕਿ ਵੱਡੇ ਅਫਸਰ ਆ ਉਹਦੇ ਚ ਰਿਟਾਇਰਡ ਜੱਜ ਆ ਉਹਦੇ ਚ ਰਿਟਾਇਰਡ ਆਈਏਐਸ ਆ ਉਹਦੇ ਚ ਰਿਟਾਇਰਡ ਆ بڑے بڑے ਪੁਲਿਸ ਦੇ ਅਫਸਰਿਆ ਹਾਉਦੇ ਲੈਂਡ ਸ਼ਾਰਕਸ ਹੈਗੀਆਂ ਆ ਜਿਹੜੇ ਵੱਡੇ ਮਾਫੀਏ ਹੈਗੇ ਉਹਨੂੰ ਨਹੀਂ ਕੀਤਾ ਉਹ ਚੱਲ ਪਏ ਜਿਹੜੇ ਗਰੀਬਾਂ ਨੇ ਕਿਤੇ ਨੰ ਮੰਡ ਦੇ ਵਿੱਚ ਕੋਈ ਜ਼ਮੀਨਾਂ ਆਪਣੀਆਂ ਜਿੱਧਰ ਦਰਿਆ ਖੜੀ ਆ ਇਧਰ ਆ ਗਿਆ ਖੜੇ ਉਧਰ ਆ ਗਿਆ ਵਾਹੂ ਕੇ ਆਪਣੀਆਂ ਰੋਟੀਆਂ ਖਾ ਰਿਹਾ ਜਾਂ ਆ ਸ਼ਤਰਾਨਾ ਦਾ ਤੇ ਕਮਾਲ ਹੀ ਕਰਤੀ ਉਹਨਾਂ ਲੋਕਾਂ ਨੇ ਜਿਹੜੀ ਵੀਡੀਓ ਪਾਈ ਹੈ ਉਹ ਕਹਿੰਦੇ ਵੀ ਅਸੀਂ ਤਿਆਰ ਬੈਠੇ ਆ ਆ ਜਾਓ ਤੁਸੀਂ ਅਸੀਂ ਸ਼ਹੀਦ ਹੋਵਾਂਗੇ ਇੱਥੇ 1 ਇੰਚ ਨਹੀਂ ਛੱਡਾਂਗੇ ਚਾਰ ਪਿੰਡਿਆਂ 800 ਘਾ ਰਿਆਂ ਪਿਛਲੇ ਇੰਨਾਂ 3-4 ਪੀੜੀਆਂ ਤੋਂ ਅਸੀਂ ਇਹ ਵਾਹੁੰਦੇ ਆ ਰਹੇ ਆਂ ਜ਼ਮੀਨ ਕਿਸੇ ਦੀ ਨਹੀਂ ਹੈ ਜ਼ਮੀਨ ਉਹਦੀ ਜਿਹੜੀ ਜ਼ਮੀਨ ਦੇ ਰੱਬ ਦੀ ਹੈ ਧਰਤੀ ਰੱਬ ਦੀ ਹੈ ਇਹ ਇਹ ਕੇਜਰੀਵਾਲ ਨੇ ਬਣਾਈ ਹੈ ਧਰਤੀ ਜਾਂ ਮਾਨ ਨੇ ਘਰੋਂ ਪੈਦਾ ਕੀਤੀ ਫੈਕਟਰੀ ਦੀ ਧਰਤੀ ਬਣਾਈ ਹੈ ਲੋਕਾਂ ਦਾ ਦਿਮਾਗ ਪਤਾ ਨਹੀਂ ਕਿੱਥੋਂ ਫਿਰ ਜਾਂਦਾ ਇਹ ਜ਼ਮੀਨ ਤੇ ਰੱਬ ਦੀ ਹੈ ਔਰ ਅਸੀਂ ਵੀ ਰੱਬ ਦੇ ਬੰਦੇ ਹੈਗੇ ਆਂ ਤੇ ਰਹਿਣ ਲਈ ਸਾਨੂੰ ਇੱਥੇ ਧਰਤੀ ਤੇ ਰੱਬ ਨੇ ਪੈਦਾ ਕੀਤਾ ਭੇਜਿਆ ਹੋਇਆ ਫਿਰ ਜਿਹੜੇ ਰਹਿ ਰਹੇ ਉਹਨੂੰ ਕਿਉਂ ਪੱਟਦੇ ਆਂ ਕਿਉਂ ਇੰਨੀ ਸਮਝ ਨਹੀਂ ਪੈਂਦੀ ਤੁਹਾਨੂੰ ਤੁਸੀਂ ਜਾ ਕੇ ਗੋਲਡਨ ਟੈਂਪਲ ਦੇ ਵਿੱਚ ਮੱਥੇ ਤੇ ਐਂ ਟੇਕਦੇ ਆਂ ਜਾਂ ਜਾ ਕੇ ਸਾਰੇ ਟੱਬਰ ਨੂੰ ਲਜਾ ਲ ਜਾ ਕੇ ਹੈ ਕਾਜਲੀ ਕਿ ਟੇਕਦੇ ਆਂ ਫਿਰ ਜੇ ਪਾਪ ਕਰਨਾ ਤੇ ਇਹ ਪਾਪ ਆ ਲੋਕਾਂ ਨੂੰ ਘਰੋਂ ਪੁੱਟਣਾ ਘਰੋਂ ਬੇਕਾਰ ਕਰਨਾ ਇਸ ਲਈ ਬਾਜ ਆ ਜਾਣ ਨਹੀਂ ਤੇ ਪੰਜਾਬ ਦਾ ਜ਼ਮੀਨ ਦਾ ਮਾਮਲਾ ਹੀ ਜਿਹੜੇ ਆਮ ਲੋਕਾਂ ਦੀ ਜ਼ਮੀਨ ਦਾ ਗੱਲ ਕਹਿ ਰਹਿਆਂ ਨੇ ਜਿਹੜੇ ਆਮ ਲੋਕਾਂ ਤੋਂ ਛਡਾਉਣ ਦਾ ਏ ਬਣਾਏ ਫਿਰ ਨਾ ਤਕੀਅ ਕਲਾਮ ਉਹ ਇਹ ਨਾਲ ਦੀ ਖਾਟ ਖੜੀ ਕਰ ਦੇਣਗੇ ਬਾਕੀ ਬਾਕੀ ਸਾਰੀਆਂ ਭੁੱਲ ਜਾਣਗੇ ਇਹਨਾਂ ਦੀਆਂ ਵੱਡੀਆਂ ਕਿ ਅਸੀਂ ਆ ਗਰੰਟੀ ਤੇ ਆ ਵਾਰੰਟੀ ਤੇ ਆ ਅਸੀਂ ਕਰਨਾ ਇਹ ਜ਼ਮੀਨ ਦੇ ਮਾਮਲੇ ਨੂੰ ਇਹ ਛੋਟਾ ਮਾਮਲਾ ਨਾ ਸਮਝਣ ਵੱਡੀਆਂ ਵੱਡੀਆਂ ਸਰਕਾਰਾਂ ਦੁਨੀਆ ਦੇ ਵਿੱਚ ਜ਼ਮੀਨ ਦੇ ਮਾਮਲੇ ਨੇ ਉਲਟਾ ਕੀਆ ਇਸ ਲਈ ਇਹਦੇ ਬਾਰੇ ਇਹ ਵੀ ਜਿਵੇਂ ਅਸੀਂ ਕਹਿਨੇ ਆ ਨਾ ਕਿ ਰਿਵਿਊ ਕਰ ਲੈਣਾ ਕਾਲ ਤਖਤ ਦੇ ਜੱਥੇਦਾਰ ਸਾਹਿਬ ਕਿ ਆਪਾਂ ਇਹ ਕਿਸ ਰੂਪ ਚ ਕਿਉਂ ਕਿਹਾ ਇਹਨਾਂ ਨੂੰ ਵੀ ਇਹ ਜਿਹੜੀ ਬੜੀ ਮਹਿਮ ਚਲਾਈ ਹੋਈ ਆ ਉਹ ਬਹੁਤ ਮਹਿੰਗੀ ਰਾਜਨੀਤਿਕ ਤੌਰ ਤੇ ਪੈ ਸਕਦੀ। ਬਿਲਕੁਲ ਹੁਣ 30 ਮਈ ਤੋਂ 30 ਜੂਨ ਦਾ ਟਾਈਮ ਦੇ ਦਿੱਤਾ ਵੀ ਉਦੋਂ ਤੱਕ ਜਿੰਨੇ ਜੋ ਕਾਨੂੰਨੀ ਕਾਰਵਾਈ ਆਪਣੇ ਕਾਗਜ਼ ਪੱਤਰ ਦਿਖਾਉਣੇ ਨੇ ਲਿਆ ਕੇ ਦਿਖਾ ਦਿਓ ਤੇ 15 ਦਿਨ ਦਾ ਨੋਟਿਸ ਪਹਿਲਾਂ ਦੇਣਗੇ ਉਸ ਤੋਂ ਬਾਅਦ ਚੁੱਕਿਆ ਕਰਨਗੇ ਪਰ ਕਿਸਾਨ ਤਾਂ ਡਿਗਨੇ ਉਹ ਕਹਿੰਦੇ ਅਸੀਂ ਨਹੀਂ ਪਿੱਛੇ ਹਟਦੇ ਤੇ ਜੋ ਮਰਜ਼ੀ ਕਹੀ ਜਾਣ ਭਾਵੇਂ ਇਹਨਾਂ ਦੇ ਲੀਡਰ ਵੀ ਕਹਿਣ ਕਿਸਾਨਾਂ ਦੇ ਤਾਂ ਵੀ ਨਹੀਂ ਉਹ ਮੰਨਦੇ ਕਿਉਂਕਿ ਆਵਾਜ਼ ਕੀਤੀਆਂ ਨੇ ਜ਼ਮੀਨਾਂ ਇਸ ਕਰਕੇ ਉਹ ਆਪਣਾ ਹੱਕ ਜਤਾਉਂਦੇ ਨੇ ਚਲੋ ਸਰਕਾਰੀ ਜ਼ਮੀਨਾਂ ਨੇ ਹੁਣ ਸਰਕਾਰ ਕੀ ਕਰਦੀ ਆ ਸਰਵਜਨ ਸਾਹਿਬ ਅਗਲੀ ਗੱਲ ਹੈ ਮਨਰੇਗਾ ਕਾਮਯਾਬੀ ਅਕਸਰ ਗੱਲ ਹੁੰਦੀ ਹੈ ਉਹਨਾਂ ਬਾਰੇ ਉਹ ਕਹਿੰਦੇ ਕਿ ਸਾਨੂੰ 9 ਘੰਟੇ ਸਾਡੇ ਤੋਂ ਕੰਮ ਲਿਆ ਜਾ ਰਿਹਾ 8 ਘੰਟੇ ਦਾ ਬਣਦਾ ਸਾਡੀ ਦਿਹਾੜੀ ਵੀ ਘੱਟ ਹੈ ਪਤਾ ਨਹੀਂ ਕਿ 600 ਰੁਪਏ ਦੀ ਉਹ ਹੁਣ ਮੰਗ ਕਰ ਰਹੇ ਨੇ ਕਿ ਘੱਟੋ ਘੱਟ 600 ਰੁਪਏ ਦਿਹਾੜੀ ਤਾਂ ਦਿਓ 8 ਘੰਟੇ ਕੰਮ ਲਓ ਵਿੱਚ ਖਾਣ ਪੀਣ ਦਾ ਪਾਣੀ ਦਾ ਟਾਈਮ ਵੀ ਰੱਖੋ ਕੋਈ ਸਾਡੇ ਲਈ ਜਿਵੇਂ ਆਮ ਪ੍ਰਾਈਵੇਟ ਕੰਮਿਆਂ ਲਈ ਹੁੰਦਾ ਦੇਖੋ ਹਰ ਕਿਸਮ ਦਾ ਪੇ ਕਮਿਸ਼ਨ ਬਣਦਾ ਆ ਜੀ ਸੈਵੰਥ ਪੇ ਕਮਿਸ਼ਨ ਹੈ ਜੀ ਆਹ ਫਲਾਨਾ ਸਿਕਸ ਪੇ ਕਮਿਸ਼ਨ ਹੈ ਸਾਰਿਆਂ ਦੇ ਮंहगाई ਦੇ ਨਾਲ-ਨਾਲ ਡੀਫਲੇਟ ਹੋ ਕੇ ਸਾਰਾ ਕੁਝ ਉਹਨਾਂ ਦੀਆਂ ਤਨਖਾਹਾਂ ਵਾਧੀਆਂ ਫਿਰ ਜਿਹੜੇ ਪਿੱਛੇ ਏਰੀਅਰ ਬਣਦੇ ਆ ਉਹ ਵੀ ਮਿਲਦੇ ਆ ਜਿਹੜੇ ਗਰੀਬ ਆ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਸਹੂਲियत ਹੋਣੀ ਚਾਹੀਦੀ ਔਰ ਜਿਹੜੀ ਆਮ ਆਦਮੀ 파ਰਟੀ ਆਮ ਆਦਮੀ ਮਨਰੇਕਾ ਵਰਕਰ ਦੀ ਆਪਣੀ ਮਾਂ 파ਰਟੀ ਹੈਗੀ ਕਿ ਉਹ ਮਾਂ ਹੀ ਨਾ ਦੇਖੂਗੀ ਆਪਣੇ ਬੱਚਿਆਂ ਨੂੰ ਤੇ ਫਿਰ ਕਹੇਗੀ ਮਾਂ ਜੇ ਜ਼ੁਲਮ ਕਰੂਗੀ ਆਪਣੇ ਬੱਚਿਆਂ ਦਾ ਫਿਰ ਉਹ ਮਾਂ ਤੇ ਨਹੀਂ ਹੈਗੀ ਫਿਰ ਸੋਚਣਾ ਪਊਗਾ ਲੋਕਾਂ ਨੂੰ ਦੁਨੀਆ ਚ ਸ਼ਿਕਾਗੋ ਦੇ ਵਿੱਚ ਜਿਹੜਾ ਖੂਨ ਖਰਾਬਾ ਹੋਇਆ ਸੀ ਜਿੱਥੋਂ ਟ੍ਰੇਡ ਯੂਨੀਅਨਿਸਟਾਂ ਦਾ ਝੰਡਾ ਲਾਲ ਹੋਇਆ ਕਾਮਰੇਡਾਂ ਦਾ ਵੀ ਝੰਡਾ ਲਾਲ ਹੋਇਆ ਉਹ ਉੱਥੋਂ ਹੋਇਆ ਜਿਹੜਾ ਮੇਡੇ ਮਨਾਉਂਦੇ ਸੀ ਸ਼ਿਕਾਗੋ ਚ ਉਕੂਨਾ ਲਤਪਤ ਝੰਡਾ ਸੀ ਮਜ਼ਦੂਰਾਂ ਦੇ ਨਾਲ ਕਾਦੇ ਲਈ ਸੀ 8 ਘੰਟੇ ਦੀ ਦਿਹਾੜੀ ਇਹ ਹੁਣ ਨਵੇਂ ਆ ਗਏ ਆ ਵੀ ਬੰਦੇ ਆ ਕਿ ਮਸ਼ੀਨਾਂ ਇਸ ਲਈ ਇਹ ਤੇ ਬਿਲਕੁਲ ਗਲਤ ਗੱਲ ਆ ਦੂਸਰੀ ਗੱਲ ਕੱਟੋ ਕਾਟ ਜਿਹੜੀ ਸੂਬੇ ਦੇ ਅੰਦਰ ਜਿਹੜੀ ਦਿਹਾੜੀ ਹੈਗੀ ਕਿਸੇ ਚ ਹੁਣ ਹਰੇ ਜੇ 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 ਕੋਈ ਬਿਹਾਰ ਦੀ ਦਿਹਾੜੀ ਆ ਉਹਨਾਂ ਦੇ ਸੂਬੇ ਵੱਲੋਂ ਮਿੱਥੀ ਹੋਈ ਡੀਸੀ ਰੇਟ ਕਹਿ ਲੋ ਜਾਂ ਲੇਬਰ ডিপਾਰਟਮੈਂਟ ਵੱਲੋਂ ਕਹਿ ਲੋ ਉਹ ਕਾਟਿਆ ਕਿਉਂਕਿ ਉਹਨਾਂ ਦੇ ਖਰਚੇ ਉਸ ਕਿਸਮ ਦੇ ਕਾਟਿਆ ਕਿਉਂਕਿ ਉਹ ਪਹਿਲਾਂ ਹੀ ਇੰਦੀ ਗੁਰਬਤ ਚ ਰਹਿੰਦੇ ਥੋੜੇ ਚ ਸਾਰ ਲੈਂਦੇ ਸਾਡਾ ਜਿਹੜਾ ਪੰਜਾਬੀ ਮਜ਼ਦੂਰ ਆ ਉਹਦਾ ਸਟੈਂਡਰਡ ਆਫ ਲਿਵਿੰਗ ਉੱਚਾ ਹੋਣ ਕਰਕੇ ਉਸ ਨੇ ਉਸਦੇ ਖਰਚੇ ਜ਼ਿਆਦਾ ਇਸੇ ਕਰਕੇ ਸਾਡੀ ਜਿਹੜੀ ਦੀ ਆੜੀ ਹੈ ਉਹ ਪੰਜਾਬ ਦੀ ਜ਼ਿਆਦਾ ਹੈਗੀ ਅਸੀਂ ਦੇ ਲਗਾਤਾਰ ਇਹ ਮੰਗ ਕਰਦੇ ਆ ਕਿ ਜਿਹੜੀ ਵੀ 400 ਰੁਪਇਆ ਜਾਂ ਜਿੰਨੀ ਵੀ ਦਿਹਾੜੀ ਬਣੀ ਹੈ ਕੇਂਦਰ ਵੱਲੋਂ ਦਿਹਾੜੀ ਦੇ ਵਿੱਚ ਜਿਹੜਾ ਜੇ ਕੇਂਦਰ ਨਹੀਂ ਪੈਸੇ ਵਧ ਦਿੰਦਾ ਤੇ ਸਟੇਟ ਉਹਦੇ ਚ ਹੋਰ ਪੈਸੇ ਆਪਣੇ ਪਾ ਕੇ ਉਹਨਾਂ ਨੂੰ ਜਿੰਨੀ ਸੂਬਾ ਆਪ ਦਿਹਾੜੀ ਉਹਨਾਂ ਲਈ ਮਿੱਥਦਾ ਸੂਬੇ ਦੀ ਸਰਕਾਰ ਮਿੱਥਦੀ ਹੈ ਉਹਨੇ ਦੇ ਦਿਓ ਯਾਰ ਇਹ ਤੇ ਬੜਾ ਤਕਾ ਹੈਗਾ ਮਿਨੀਮਮ ਦਾ ਮਤਲਬ ਕੀ ਹੁੰਦਾ ਉਹ ਜਿਵੇਂ ਕਾਡੇ ਟਰੈਕਟਰ ਦੀਆਂ ਹਾਂ ਟਰੈਕਟਰ ਦਾ ਹਾਰਸ ਪਾਵਰ ਹੁੰਦੀ ਆ ਉਹਦੇ ਨਾਲ ਨਾਪੀ ਹੁੰਦੀ ਐ ਪੀ ਇਹਨਾਂ ਨੂੰ ਇੰਨੀ ਕੁ ਸ਼ਕਤੀ ਚਾਹੀਦੀ ਐ ਸਰੀਰਕ ਸ਼ਕਤੀ ਚਾਹੀਦੀ ਐ ਸਭਿਆਚਾਰਕ ਸਮਾਜਿਕ ਸਪਿਰਚੁਅਲ ਉਹ ਛੱਡਦੇ ਹੋ ਉਹਦਾ ਖਰਚਾ ਵਿੱਚ ਨਹੀਂ ਹੁੰਦਾ ਇਹ ਜਿਵੇਂ ਜਿਵੇਂ ਘੋੜੇ ਦੀ ਖਰਾਕ ਨੂੰ ਕੀਤਾ ਜਾਂਦਾ ਕਿ ਇਹਦੇ ਕੋਈ ਇਨਾ ਕੰਮ ਲੈਣਾ ਤੇ ਇੰਨੀ ਇਹਨੂੰ ਖਰਾਕ ਪਾਉਣੀ ਆ ਬਿਲਕੁਲ ਉਸ ਤਰੀਕੇ ਨਾਲ ਨਾਪੀ ਹੁੰਦੀ ਐ ਤੁਸੀਂ ਉਹ ਵੀ ਨਹੀਂ ਦੇਣਾ ਚਾਹੁੰਦੇ ਇਹਦਾ ਮਤਲਬ ਸਾਡੀ ਤੇ ਹਾਲਾਤ ਜਾਣਨ ਨਾਲੋਂ ਬਿਮਾਰੀ ਐ ਤਾں ਜੇ ਮੈਂ ਕਹੀ ਨਾ ਕਿ ਭਾਰਤ ਵਿੱਚ ਤੀਜਾ ਹਿੱਸਾ ਲੋਕ ਅੱਜ ਵੀ ਗੁਲਾਮਾਂ ਨਾਲੋਂ ਬੱਤਰ ਜੀਵਨ ਜੀ ਰਹੇ ਸਾਡੀਆਂ ਅੱਖਾਂ ਸਾਹਮਣੇ ਜੀ ਰਹਿਆ ਔਰ ਸਾਨੂੰ ਕਦੀ ਕੋਈ ਉਸਦਾ ਦਰਦ ਨਹੀਂ ਹੁੰਦਾ ਜੋ ਮਜ਼ਦੂਰ ਦਾ ਗਰੀਬ ਦਾ ਜ਼ਲਤ ਦਾ ਔਰ ਔਰਤ ਦਾ ਦੁਰਦਸ਼ਾ ਸਾਡੇ ਦੇਸ਼ ਦੇ ਵਿੱਚ ਆ ਪੰਜਾਬ 'ਚ ਵੀ ਹੈ ਮੈਂ ਪੰਜਾਬ ਨੂੰ ਕੋਈ ਉਹਦੇ 'ਚ ਬਾਹਰ ਨਹੀਂ ਰੱਖਦਾ ਉਹ ਕਿਤੇ ਨਹੀਂ ਹੈ ਦੁਨੀਆ ਦੁਨੀਆ ਦੇ ਵਿੱਚ ਮਜ਼ਦੂਰੀ ਦਾ ਇੰਨੇ ਤੁਸੀਂ ਦੁਨੀਆ ਦੇ ਵਿੱਚ ਅੰਕੜੇ ਦੇਖ ਲਓ ਕਿਤੇ ਵੀ ਮਜ਼ਦੂਰੀ ਦੀ ਗਰੀਬ ਤੋਂ ਗਰੀਬ ਦੇਸ਼ ਦੇ ਵਿੱਚ ਵੀ ਇੰਨੀ ਦੁਰਦਸ਼ਾ ਨਹੀਂ ਹੋ ਜਾਣੀ ਇੰਜ ਕਹਿ ਲਓ ਕਿ ਇੱਕ ਮਿਡਲ ਕਲਾਸ ਆਈਏਐਸ ਅਫਸਰ ਕਹਿ ਲਓ ਆਈਪੀਐਸ ਅਫਸਰ ਕਹਿ ਲਓ ਉਸ ਦੀ ਤਨਖਾਹ ਤੇ ਇੱਕ ਜਿਹੜਾ ਛੋਟੇ ਤੋਂ ਛੋਟਾ ਮਜ਼ਦੂਰ ਹੈਗਾ ਉਹਦੀ ਤਨਖਾਹ ਦਾ ਜਿਹੜਾ ਗੈਪ ਕਿੰਨੇ ਗੁਣਾ ਫਰਕ ਹੈਗਾ ਜੇ ਤੁਸੀਂ ਉਹ ਤੈਅ ਕਰਕੇ ਦੇਖ ਲਓ ਤੇ ਗਰੀਬ ਤੋਂ ਗਰੀਬ ਦੇਸ਼ ਬੰਗਲਾਦੇਸ਼ ਦੇ ਵਿੱਚ ਵੀ ਦੇਖ ਲੋਗੇ ਇੰਨਾ ਫਰਕ ਨਹੀਂ ਹੋਊਗਾ ਕਾਰਨ ਸਾਡੇ ਜਾਤੀਗਤ ਜਿਹੜੀ ਸੋਸਾਇਟੀ ਹੈਗੀ ਉਹਦੇ ਚ ਕੁਛਕ ਜਿਹੜੇ ਦਲਿਤ ਭਾਈਚਾਰਾ ਉਹਨਾਂ ਨੂੰ ਸਮਝਿਆ ਜਾਂਦੇ ਕਿ ਬੰਦੇ ਹੀ ਨਹੀਂ ਹੈਗੇ ਇਹਨਾਂ ਨੂੰ ਕੀ ਲੋੜੇ ਬਹੁਤੀ ਤਨਖਾਹ ਦੀ ਇਹਨਾਂ ਨੇ ਕੀ ਕਰਨਾ ਪੈਸਾ ਇਹਨਾਂ ਨੇ ਕਿਹੜੇ ਨਿਆਣੇ ਪੜਾਉਣੇ ਆ ਇਹਨਾਂ ਨੇ ਕਿਹੜਾ ਕਿਤੇ ਉੱਥੇ ਕਾਰਾਂ ਲੈਣੀਆਂ ਇਹ ਇੱਥੇ ਜਿੱਥੇ ਬੈਠੇ ਬੈਠੇ ਰਹਿਣ ਜਿਹੋ ਜੇ ਜਾਨਵਰਾਂ ਵਾਲਾ ਜੀਮਨ ਹੈਗਾ ਉੱਥੇ ਹੀ ਰਹਿਣ ਜੇ ਤਕੜੇ ਹੋਗੇ ਤਾਂ ਫਿਰ ਕੱਲ ਨੂੰ ਸਾਨੂੰ ਹੀ ਅੱਖਾਂ ਦਿਖਾਉਣਗੇ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਗਿਣੀ ਮਿਥੀ ਕਾਲੋ ਸੋਚ ਦੇ ਤਹਿਤ ਜਿਹੜੀ ਸਾਜ਼ਿਸ਼ ਔਖਾ ਸ਼ਬਦ ਲੱਗਦਾ ਸੋਚ ਦੇ ਤਹਿਤ ਇੱਕ ਵਿਚਾਰ ਦੇ ਤਹਿਤ ਉਹਨਾਂ ਨੂੰ ਘੱਟ ਪੈਸਾ ਦਿੱਤਾ ਜਾਂਦਾ ਇਹ ਤੇ ਇਹ ਧਰੋ ਹੈ ਇਹ ਡੈਮੋਕ੍ਰੇਸੀ ਨਹੀਂ ਹੈ ਇਹ ਇਹ ਅਮਾਨਵੀ ਹੈ ਇਸ ਲਈ ਮੈਂ ਤੇ ਇਹ ਗੱਲ ਕਹੂੰਗਾ ਕਿ ਸੁਖਵਿੰਦਰ ਜੇ ਕੋਈ ਇਹੋ ਜਿਹਾ ਸਕੀਮ ਆ ਰਹੀ ਹੈ ਵੀ ਨੰਬਰ ਘੰਟੇ ਵੀ ਵਧਾਉਣੇ ਆ ਤੇ ਜਿਹੜੀ ਘੱਟੋ ਘੱਟ ਦਿਹਾੜੀ ਬਣਦੀ ਹੈ ਜਿਹੜੀ ਸੂਬੇ ਵੱਲੋਂ ਤੈਅ ਕੀਤੀ ਉਹ ਵੀ ਨਹੀਂ ਦੇਣੀ ਸੈਂਟਰ ਵੱਲੋਂ ਕੀਤੀ ਹੋਈ ਤੈਅ ਦੇਣੀ ਆ ਤਾਂ ਇਹ ਦੋਰਾ ਤੱਕਾ ਹੋਊਗਾ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨਾਲ ਰਾਦਰ ਚਾਹੀਦਾ ਇਹ ਹੈ ਕਿ ਜਿੰਨੀ ਮੰਗਾਈ ਹੈਗੀ ਆ ਉਸ ਨੂੰ ਡੀਪ ਰੇਟ ਕਰਕੇ ਅੱਜ ਦੀ ਤਰੀਕ ਜਿਹਨੇ ਜਿਹਨੇ ਅੱਜ ਅੱਜ ਪੈਸਾ ਕਮਾਉਣਾ ਉਹਨੇ ਅੱਜ ਖਰਚਣਾ ਉਹਨੇ 4 ਮਹੀਨੇ ਪਹਿਲਾਂ ਥੋੜੀ ਖਰਚਣਾ 4 ਮਹੀਨਿਆਂ ਚ ਤੇ ਮਹਿੰਗਾਈ ਦੇਖੋ ਕਿੰਨੀ ਹੋ ਗਈ ਆ ਆ ਪੈਟਰੋਲ ਦੀਆਂ ਜਿੰਨੀਆਂ ਕੀਮਤਾਂ ਘਟੀਆਂ ਹੋਣ ਤੁਹਾਨੂੰ ਪਤਾ ਹੈ ਕਿੰਨੀਆਂ ਆ ਜਿੰਨੀਆਂ ਪਹਿਲੀ ਮਾਰਚ ਨੂੰ ਸੀਗੀਆਂ ਉਹਦੇ ਨਾਲੋਂ ਵੀ ਅਜੇ ਘਟੀਆਂ ਹੋਈਆਂ ਕੀਮਤਾਂ ਜ਼ਿਆਦਾ ਆ 1 ਰੁਪਇਆ ਪਰ ਲੀਟਰ ਪਹਿਲੀ ਮਾਰਚ ਨਾਲੋਂ ਹਾਲ ਤੇ ਆ ਤੇ ਜਿਨ੍ਹਾਂ ਨੇ ਜੇ ਤੁਸੀਂ ਉਹਨਾਂ ਨੂੰ ਉਹਨਾਂ ਪੈਸਾ ਦੇਵੋਗੇ ਨਹੀਂ ਗਰੀਬ ਨੂੰ ਉਹਨਾਂ ਦੀ ਤਾਂ ਦਿਹਾੜੀ ਦੁੱਗਣੀ ਹੋਣੀ ਚਾਹੀਦੀ ਆ ਤਾਂ ਜਾ ਕੇ ਉਹਨਾਂ ਦਾ ਚੁੱਲ੍ਹਾ ਗਰਮ ਰਹਿ ਸਕਦਾ ਨਹੀਂ ਤੇ ਇਸ ਦੇਸ਼ ਦੇ ਵਿੱਚ ਭੁੱਖਮਰੀ ਨਾਲ ਮੌਤਾਂ ਹੋਣਗੀਆਂ ਇੱਕ ਨਵਾਂ ਨਵਾਂ ਕੰਮ ਸ਼ੁਰੂ ਹੋ ਜਾਊਗਾ ਬਿਲਕੁਲ ਪ੍ਰੋਫੈਸਰ ਅਗਲੀ ਗੱਲ ਜਿਹੜੀ ਆ ਉਹ ਆਖਰੀ ਸਵਾਲ ਆਖਰੀ ਖਬਰ ਹੈ ਕਿ ਇੱਕ ਪਾਸੇ ਤਾਂ ਇਹ ਨਸ਼ਾ ਤਸਕਰਾਂ ਨੂੰ ਵੀ ਫੜਦੇ ਨੇ ਦੂਜੇ ਪਾਸੇ ਇੱਕ ਚੰਗੀਆਂ ਖਬਰਾਂ ਇਹ ਵੀ ਨੇ ਕਿ ਪੁਲਿਸ ਦੇ ਉੱਤੇ ਵੀ ਸ਼ਿਕੰਜਾ ਕੱਸਣ ਲੱਗੇ ਕਿ ਉਹਨਾਂ ਦੇ ਅੰਦਰ ਜਿਹੜੇ ਨਸ਼ਾ ਕਰਦੇ ਨੇ ਜਾਂ ਨਸ਼ੇ ਆ ਤਸਕਰ ਬਣੇ ਹੋਏ ਨੇ ਪੁਲਿਸ ਵਾਲੇ ਉਹਨਾਂ ਦੇ ਕਾਰਜ ਵਿੱਚ ਫਲੋਰ ਵਾਲੀ ਪੁਲਿਸ ਅਕੈਡਮੀ ਤੋਂ 7 ਕਜ ਨੇ ਪੜ੍ਹ ਲਏ ਪੁਲਿਸ ਵਾਲੇ ਕੁਝਕ ਦਰਜਾ ਚਾਰ ਮੁਲਾਜ਼ਮ ਯੋਧਪੀ ਸ਼ਾਮਲ ਇੱਕ ਔਰਤ ਵੀ ਪੜ੍ਹੀ ਆ ਤੇ ਉਧਰਲੇ ਬੰਨੇ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਤੇ ਦੂਜੇ ਬੰਨੇ ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਉਹ ਜੈਕਾਰੇ ਲਵਾ ਰਹੇ ਨੇ ਪੰਜਾਬ ਪੁਲਿਸ ਦੀ ਜੈ ਜੈਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਰਤ ਮਾਤਾ ਦੀ ਜੈ ਜੈਕਾਰ ਕਰਾ ਰਹੇ ਨੇ ਉਹਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਗਿਆ ਰੌਲਾ ਰੱਪਾ ਇਸ ਗੱਲ ਦਾ ਵੀ ਹੈ ਮੈਂ ਦੋ ਤਿੰਨ ਖਬਰਾਂ ਇਕੱਠੀਆਂ ਜੋੜ ਰਿਹਾ ਤਾਂ ਕਿ ਸਮਾਂ ਸੀਮਤ ਚ ਗੱਲ ਕਰੀਏ ਕਿ ਇੱਕ ਜਿਹੜਾ ਇਹਨਾਂ ਨੇ ਸ਼ਹੀਦ ਸ਼ਹੀਦ ਕਿਸਾਨਾਂ ਤੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਉਹਨੂੰ ਲੈ ਕੇ ਲੋਕ ਪੁੱਛਦੇ ਨੇ ਕਿ ਠੀਕ ਹੈ ਚੰਗੇ ਕੰਮ ਕਰ ਰਹੇ ਹੋ ਪਰ ਨਾਲ ਨਾਲ ਜਿਹੜੇ ਤੁਸੀਂ ਆਪਣੇ ਟੇਬਲ ਦੇ ਥੱਲਿਓਂ ਕੰਮ ਕਰ ਰਹੇ ਹੋ ਉਹ ਵੀ ਸਾਹਮਣੇ ਬਿਹਾ ਕੇ ਦਿਖਾਓ ਕਿ ਤੁਸੀਂ ਕਿੰਨੀਆਂ ਕ ਸੇਵਾਵਾਂ ਜਿਹੜੀਆਂ ਉਹ ਲੈ ਰਹੇ ਹੋ ਕਿੰਨੇ ਕ ਫਾਇਦੇ ਤੁਸੀਂ ਲੈ ਰਹੇ ਹੋ ਕਿੱਥੇ ਚੇਅਰਮੈਨੀਆਂ ਵਟਲੀਆਂ ਜਾਂ ਕਿੱਥੇ ਪੈਸਾ ਖੱਟਿਆ ਜਾ ਰਿਹਾ ਮੈਂ ਸੰਗਰੂਰ ਦੇ ਐਸਐਸਪੀ ਵਾਲੀ ਸਭ ਤੋਂ ਪਹਿਲਾਂ ਗੱਲ ਕਰਦਾ ਮੈਨੂੰ ਲੱਗਦਾ ਉਹਦੇ ਕੋਲ ਵਰਦੀ ਵਾਪਸ ਲੈ ਲੈਣੀ ਚਾਹੀਦੀ ਆ ਤੇ ਇਹ ਭਗਵੰਤ ਮਾਨ ਨੂੰ ਖੋਦ ਹੀ ਕੰਮ ਕਰਨਾ ਚਾਹੀਦਾ ਨਹੀਂ ਤੇ ਭਗਵੰਤ ਮਾਨ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਵੀ ਇਹ ਕੀ ਹੋ ਰਿਹਾ ਕੀ ਤੁਸੀਂ ਪੁਲਿਸ ਵਾਲਿਆਂ ਨੂੰ ਆਪਣੀ ਜੈ ਜੈਕਾਰ ਪਲੀਜ਼ ਦੀ ਜੈ ਜੈਕਾਰ ਕੀ ਇਹ ਕੀ ਕਹਿੰਦਾ ਤੁਸੀਂ ਆਪਣਾ ਜੋ ਆਪਣੇ ਅੰਦਰ ਖਾਤੇ ਕਰਨਾ ਕਰੋ ਜੀ ਮਿਨਿਸਟਰ ਆ ਰਿਹਾ ਉਹ ਕਹਿ ਰਿਹਾ ਪਲੀਜ਼ ਦੀ ਬੋਲੋ ਜੈ ਉਹ ਕਹਿੰਦਾ ਜੀ ਪਲੀਜ਼ ਭਗਵੰਤ ਮਾਨ ਤੇ ਕਹੂਗਾ ਲੈ ਪਲੀਜ਼ ਦੀ ਜੈ ਬੜੀ ਛੋਲੀ ਜੀ ਹੋਈ ਹੈ ਜ਼ੋਰ ਦੀ ਕਰੋ ਹੋਰ ਜ਼ੋਰ ਦੀ ਕਰੋ ਇਹ ਇਸ ਨੂੰ ਉਹਦੀ ਵਰਦੀ ਵਾਪਸ ਲਾਓ ਉਹਨੂੰ ਕਹਿ ਕੇ ਤੂੰ ਐਨ ਜੀਓ ਬਣਾ ਲੈ ਸਰਕਾਰ ਉਹਨੂੰ ਥੋੜਾ ਬਹੁਤ ਪੈਸਾ ਦਿਆ ਕਰੂਗੀ ਕੁਝ ਜਿਹੜਾ ਕਾਰਪੋਰੇਟਾਂ ਵੱਲੋਂ ਮਿਲ ਜੂਗਾ ਉਹਦੇ 'ਚ ਸਮਾਜ ਸੇਵਾ 'ਚ ਇਹਨੂੰ ਲਾ ਦੇ ਮੈਨੂੰ ਨਹੀਂ ਲੱਗਦਾ ਉਹ ਇੱਕ ਦਿਨ ਵੀ ਐਸਐਸਪੀ ਰੈਂਡ ਦੇ ਕਾਬਿਲ ਹੈਗਾ ਬਹੁਤ ਹੀ ਇਸ ਯੂਨੀਫਾਰਮ ਨੂੰ ਸ਼ਰਮਿੰਦਿਆਂ ਕੀਤਾ ਉਹਨੇ ਬਹੁਤ ਹੀ ਅਫੈਂਡਿੰਗ ਆ ਡੀਜੀਪੀ ਨੂੰ ਇਹਦਾ ਨੋਟ ਲੈਣਾ ਚਾਹੀਦਾ ਇਹਦੇ ਚ ਇਵਨ ਸਾਡੀਆਂ ਕੋਰਟਾਂ ਨੂੰ ਨੋਟ ਲੈਣਾ ਚਾਹੀਦਾ ਕਿ ਉਹ ਕੀ ਕਰ ਰਿਹਾ ਤੇ ਭਗਵੰਤ ਮਾਨ ਨੂੰ ਤੇ ਲੈਣਾ ਹੀ ਚਾਹੀਦਾ ਜਿਹੜਾ ਸਾਈਕਲ ਰੈਲੀ ਦੇ ਵਿੱਚ ਨਾਲ ਚੜਿਆ ਫਿਰਦਾ ਕਿ ਕੀ ਇਹੋ ਜਿਹੇ ਸਾਈਕੋਪੈਂਟ ਜਿਹੜੇ ਹੈਗੇ ਆ ਉਹਦੇ ਭਗਤਾਂ ਦੇ ਨਾਲ ਜਾਂ ਉਹਦੇ ਜਿਹੜੇ ਤਾਰੀਖਦਾਰ ਇਹੋ ਜੇ ਬੰਦੇ ਝੂਠੀਆਂ ਤਰੀਫਾਂ ਕਰਨ ਵਾਲੇ ਉਹਨਾਂ ਦੇ ਸਿਰ ਤੇ ਇਹਨੇ ਆਪਣੀ ਇੱਕ ਕਲਗੀ ਲਾ ਕੇ ਰੱਖਣੀ ਆ ਆਪਣੀ ਚੀਮਨਿਸਟਰੀ ਚਮਕਾਉਣੀ ਆ ਜਿਹੜੀ ਦੂਜੀ ਗੱਲ ਕੀਤੀ ਤੁਸੀਂ ਜਿਹੜਾ ਕੇ ਸੀ ਆਰ ਇੱਥੇ ਆਇਆ ਤੇਲਗਾਨਾ ਦਾ ਚੀਮਨਿਸਟਰ ਆਇਆ ਇੱਥੇ ਕੇਜਰੀਵਾਲ ਨੂੰ ਨਾਲ ਲੈ ਕੇ ਆਇਆ ਅਸਲੀ ਕੇ ਸੀ ਆਰ ਦਾ ਅਜੰਡਾ ਤੇ ਇਹ ਆ ਕਿ ਪ੍ਰੈਜ਼ੀਡੈਂਟ ਦੀਆਂ ਚੋਣਾਂ ਹੋਣੀਆਂ ਉਹ ਵੋਟਾਂ ਇਕੱਠੀਆਂ ਕਰਕੇ ਤੇ ਹੋ ਸਕਦਾ ਸਾਊਥ ਵਿੱਚੋਂ ਕਿਸੇ ਬੰਦੇ ਨੂੰ ਇਸ ਵਾਰੀ ਪ੍ਰੈਜ਼ੀਡੈਂਟ ਖੜਾ ਕਰਨ ਲਈ ਮੋਬਾਈਲਾਈਜ਼ ਕਰਦੇ ਉਹ ਤੁਸੀਂ ਆਪਣੇ ਕਰੀ ਚੇਲੋ ਭਗਵੰਤ ਮਾਨ ਨੂੰ ਮਿਲੇ ਉਹ ਕੇਚਰੀਵਾਲ ਨੂੰ ਮਿਲੇ ਉਹ ਜਿਹਨੂੰ ਮਰਜੀ ਕਾਲੇ ਚੋਰ ਨੂੰ ਮਿਲੇ ਪਰ ਤੁਸੀਂ ਇੱਥੇ ਲਿਆ ਕੇ ਸਾਡੇ ਪੰਜਾਬ ਦੇ ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਨੂੰ 3-3 ਲੱਖ ਰੁਪਇਆ ਦੇਣ ਦਾ ਉਹਦੇ ਰਾਈ ਚੈੱਕ ਦਿਖਾ ਰਹੇ ਆਂ ਉੱਥੇ ਉਹ ਔਰਤਾਂ ਆਪਣੇ ਦੁੱਖ ਜਿਹੜੀਆਂ ਰੋ ਰਹੀਆਂ ਉਹਨੂੰ ਜਫੀਆਂ ਪਾ ਰਹੇ ਆ ਭਗਵੰਤ ਮਾਨ ਕਿ ਦੇਖ ਮੇਰੇ ਹੁੰਦਿਆਂ ਤੇਰੇ ਕੋਈ ਤੈਨੂੰ ਚਿੰਤਾ ਦੀ ਲੋੜ ਨਹੀਂ ਮੇਰਾ ਸਵਾਲ ਇਥੇ ਇਹ ਹੈ ਕਿ ਜਦੋਂ ਵੱਡੇ ਬੰਦਿਆਂ ਰਹਤਾਂ ਦਿੱਤੀਆਂ ਜਾਂਦੀਆਂ ਥੋੜੀਆਂ ਨਹੀਂ 3-4 ਲੱਖ ਕਰੋੜ ਰੁਪਇਆ ਕਾਰਪੋਰੇਟਾਂ ਨੂੰ ਹਰ ਵਾਰੀ ਮਾਫ ਕੀਤਾ ਜਾਂਦਾ ਕਦੀ ਸਟੇਜਾਂ ਲਾ ਕੇ ਉਹਨਾਂ ਦੀਆਂ ਮਾਫੀਆਂ ਕੀਤੀਆਂ ਕਿ ਆਹ ਲਓ ਜੀ ਤੁਹਾਡਾ ਅਸੀਂ 1 ਲੱਖ ਕਰੋੜ ਰੁਪਇਆ ਟਾਟਾ ਦਾ ਤੇ ਬਿਰਲੇ ਦਾ ਤੇ ਦੂਜਿਆਂ ਦਾ ਕਰਤਾ ਤੇ ਰਿਲਾਇੰਸ ਦਾ ਕਰਤਾ ਤੇ ਅਡਾਨੀ ਦਾ ਕਰਤਾ ਕਦੀ ਕੀਤੀਆਂ ਜਾਂਦੀਆਂ ਚੁੱਪ ਕਰਕੇ ਆਪਣਾ ਕਾਂਟਾ ਮਾਰ ਕੇ ਚੁੱਪ ਕਰਕੇ ਚਿੱਤੇ ਬਗਲੇ ਬਣੇ ਰਹਿੰਦੇ ਆ ਗਰੀਬ ਨੂੰ 5 ਪੈਸੇ ਦੇਣਗੇ ਤੇ 50000 ਰੁਪਏ ਦਾ ਉਹਦੇ ਤੋਂ ਫਾਇਦਾ ਕੱਢਣਗੇ ਕੀ ਗੱਲ ਇਹ ਇਹ ਕੀ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਆ ਜਾਂ ਉਹਨਾਂ ਦੇ ਦੁੱਖ ਦੇ ਉੱਤੇ ਕੋਈ ਆਪਣੀ ਰਾਜਨੀਤੀ ਚਮਕਾ ਰਹੇ ਆ ਕਿ ਅਸੀਂ ਤੁਹਾਡੇ ਦੇਣਦਾਰ ਹੈਗੇ ਆ ਅਸੀਂ ਇੱਥੇ ਤੁਹਾਡੇ ਰੱਬ ਬੈਠੇ ਹੋਏ ਆ ਤੁਹਾਡੀ ਸਾਰੀ ਹਰ ਕਿਸਮ ਦੇ ਤੁਹਾਡੇ ਦੁੱਖ ਦਰਦਾਂ ਦੇ ਵਿੱਚ ਇਹ ਗੱਲਾਂ ਬਹੁਤ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਬਿਲਕੁਲ ਆਪਣੇ ਵੱ ਨੂੰ ਆਮ ਆਦਮੀਆਂ ਦੀ ਇੱਕ ਨਮਾਇੰਦਾ ਪਾਰਟੀ ਕਹਿੰਦੀ ਆ ਉਹਨਾਂ ਨੂੰ ਆਮ ਆਦਮੀ ਦਾ ਤਰਦਦਾ ਵੀ ਪਤਾ ਹੋਣਾ ਚਾਹੀਦਾ ਜਦੋਂ ਐਮਐਲਿਆਂ ਨੂੰ ਜਾਂ ਕਿਸੇ ਆਈਏਐਸ ਨੂੰ ਜਾਂ ਆਈਪੀਐਸ ਨੂੰ ਵੱਡੇ ਭੱਤੇ ਮਿਲਦੇ ਆ ਵੱਡੀਆਂ ਨਵੀਆਂ ਕਾਰਾਂ ਮਿਲਦੀਆਂ ਨਵੇਂ ਬੰਗਲੇ ਮਿਲਦੇ ਆ ਨਵੇਂ ਪਾਕਸ ਮਿਲਦੇ ਆ ਸਟੇਜ ਲਾ ਕੇ ਕਿਉਂ ਨਹੀਂ ਦੱਸਦੇ ਭਈ ਦੱਸਿਆ ਕਰਨਾ ਵੀ ਆ ਨਵੀਂ ਗੱਡੀ ਦੇਣ ਲੱਗੇ ਆ ਲੋਕੀ ਅੱਗੇ ਡੰਡਾ ਲੈ ਕੇ ਪੁੱਛਿਆ ਵੀ ਕਰਨਾ ਵੀ ਆਪਣੀ ਤੇ ਲੈਤੀ ਮੇਰੀ ਦਾ ਪਟ્રોલ ਕਿੱਥੇ ਗਿਆ ਭਈ ਉਦੋਂ ਨਹੀਂ ਦੱਸਦੇ ਇਹ ਦੋਰੀ ਨੀਤੀ ਚੱਲੂਗੀ ਨਹੀਂ ਤੁਸੀਂ ਜੋ ਵੀ ਕਰਨਾ ਕਰੋ ਇਹ ਤੁਹਾਡਾ ਫਰਜ ਬਣਦਾ ਫਰਜ ਬਣਦਾ ਪਰ ਤੁਸੀਂ ਇਹ ਨਹੀਂ ਕਿ 3 ਲੱਖ ਰੁਪਈਆ ਕਿਸੇ ਨੂੰ ਦਿਓ ਤੇ ਉਹਦਾ ਤੁਸੀਂ 3 ਕਰੋੜ ਦੀ ਆਪਣੀ ਮਸ਼ਹੂਰੀ ਕਰੋ ਇਹ ਮਨਜ਼ੂਰ ਨਹੀਂ ਹੈ ਰਹੀ ਗੱਲ ਜਿਹੜੀ ਅਸੀਂ ਤੇ ਨਸ਼ਿਆਂ ਦੀ ਗੱਲ ਸੁਖਵਿੰਦਰ ਸਿੰਘ ਤੇ ਲਗਾਤਾਰ ਹੀ ਕਹਿੰਦੇ ਕਿਦੜ ਨਹੀਂ ਕਹਿੰਦੇ ਕਿ ਜੇ ਕੋਈ ਨਸ਼ਾ ਵੇਚ ਰਿਆ ਤਾਂ ਉਹ ਰਾਜਨੀਤਿਕ ਲੋਕਾਂ ਤੋਂ ਤੇ ਪੁਲਿਸ ਦੀ ਛਤਰਛਾਇਆ ਨਾਲ ਪੁਲਿਸ ਦੀ ਟੋਟਲ ਮਿਲੀ ਭੁਗਤ ਦੇ ਨਾਲ ਜ਼ਿਲ੍ਹਾਂ ਦੇ ਅੰਦਰ ਵੀ ਤੇ ਬਾਹਰ ਸਮਾਜ ਦੇ ਵਿੱਚ ਵੀ ਵਿਕ ਰਿਹਾ ਜਿੰਨਾ ਛੇਤੀ ਸਾਡੀ ਸਰਕਾਰ ਇਹ ਨੂੰ ਸਮਝ ਜਾਊਗੀ ਸਮਝਣਾ ਜੇ ਸ਼ੁਰੂ ਕੀਤਾ 5-7 ਬੰਦੇ ਫੜੇ ਆ ਇਹ ਨਾ ਹੋਏ ਕਿ ਸਿਰਫ ਉਹ 5-7 ਬੰਦਿਆਂ ਦੇ ਨਾਲ ਸਾਰਾ ਰੁਕ ਜਾਊਗਾ ਉਹਦੀ ਜੜ ਤੱਕ ਜਦ ਤੱਕ ਨਹੀਂ ਜਾਂਦੇ ਜਿੱਥੋਂ ਇਹ ਸ਼ੁਰੂ ਹੁੰਦਾ ਉਦੋਂ ਤੱਕ ਨਸ਼ਾ ਬੰਦ ਨਹੀਂ ਹੋਣਾ ਤੇ ਜਿਹੜੇ ਨਸ਼ੇ ਤੇ ਲੱਗ ਗਏ ਆ ਉਹਨਾਂ ਨੂੰ ਦੁਬਾਰਾ ਆਮ ਜੀਵਨ ਵਿੱਚ ਕਿਵੇਂ ਲਿਆਉਣਾ ਉਹ ਵੀ ਨਾਲ ਨਾਲ ਹੋਣਾ ਚਾਹੀਦਾ ਬਿਲਕੁਲ ਚਲੋ ਲੋਕ ਇਸ ਗੱਲ ਦਾ ਤਾਂ ਸ਼ੁਕਰ ਮਨਾਉਂਦੇ ਨੇ ਕਿ ਪਹਿਲਾਂ ਵਾਲੇ ਤਾਂ 4.5 ਸਾਲ ਬੋਲਦੇ ਨਹੀਂ ਸੀ ਤੇ ਇਹਨਾਂ ਨੇ ਚਲੋ ਹਲੇ ਤਾਂ 4.5 ਮਹੀਨੇ ਨਹੀਂ ਹੋਏ 2.5 ਮਹੀਨੇ ਹੋਏ ਨੇ ਤੇ ਇਹਦੇ ਵਿੱਚ ਨਸ਼ਿਆਂ ਨੂੰ ਲੈ ਕੇ ਜੇ ਇੱਦਾਂ ਪੁਲਿਸ ਤੋਂ ਫੜਾਫੜਾਈ ਸ਼ੁਰੂ ਕੀਤੀ ਹੈ ਤਾਂ ਹੋਰ ਵੱਡੇ ਮਗਰਮੱਛਾਂ ਨੂੰ ਫੜਨ ਫਿਰ ਲੋਕਾਂ ਨੂੰ ਯਕੀਨ ਵੀ ਬਣੇ ਅਸੀਂ ਵੀ ਉਮੀਦ ਕਰਦੇ ਹਾਂ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੋਂ ਦਰਸ਼ਕਾਂ ਨੂੰ ਪੀਲਾ ਕਿ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ